に外れ。ジャッジダミちゃん。ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਹੋ, ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ 'ਚ ਅੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਮੈਡਮ ਹਰਮਨ ਸਿੰਧ ਹੋਰੀ। ਹੱਸੇ ਕਿਉਂ? ਮੈਂ ਨਹੀਂ ਹੱਸਿਆ ਬਾਈ, ਤੁਸੀਂ ਹੱਸੇ, ਸਾਰੇ ਗਵਾਹ ਨੇ। ਦੇਖੋ, ਮਾੜਾ ਮੋਟਾ ਹੱਸਣਾ ਵੀ ਚਾਹੀਦਾ, ਅਤੇ ਇੱਥੇ ਬੈਠ ਕੇ ਜੇਕਰ ਹੱਸੇ ਨਾ ਤੇ ਫਿਰ ਮੇਰਾ ਖਿਆਲ ਵੀ ਗੱਲ ਬਣਦੀ ਨਹੀਂ ਗੀ। ਵੈਸੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਬਹੁਤ ਸਾਰੇ ਸੁਨੇਹੇ ਆਉਂਦੇ ਨੇ ਮੈਨੂੰ ਕਿ ਜਿਹਦੇ ਵਿੱਚ ਕਿ ਈਵਨ ਉਹ ਈਵਨ ਨਹੀਂ ਮੈਨੂੰ ਵੀ ਉਹ ਸੁਨੇਹੇ ਪੜ੍ਹ ਕੇ ਤੇ ਗੱਲ ਸੱਚੀ ਲੱਗਦੀ ਆ ਵੀ ਬਿਲਕੁਲ ਸਹੀ ਕਹਿ ਰਹੇ ਨੇ। ਕਹਿੰਦੇ ਵੀ ਟਹਿਣਾ ਸਾਹਿਬ ਦੇ ਕਈ ਰੂਪ ਅਸੀਂ ਚਾਹੀਦਾ ਵਿਚਾਰ ਦੀ ਬਦੌਲਤ ਵੇਖਦੇ। ਪਹਿਲਾਂ ਇਹ ਲੱਗਦਾ ਹੁੰਦਾ ਸੀ ਉਹ ਸਿਰਫ ਖਬਰਾਂ ਪੜ੍ਹਦੇ ਨੇ, ਸਿਰਫ ਖਬਰਾਂ ਦੇ ਵਿੱਚ ਹੀ ਗੁਆਚੇ ਰਹਿੰਦੇ ਨੇ, ਰੁੱਝੇ ਰਹਿੰਦੇ ਨੇ, ਪਰ ਚਾਹੀਦਾ ਵਿਚਾਰ ਦਾ ਕਰਕੇ ਉਹਨਾਂ ਦੇ ਬਹੁਤ ਸਾਰੇ ਰੂਪ, ਜਿਵੇਂ ਕਿ ਉਹਨਾਂ ਦੀ ਐਕਟਿੰਗ ਕਲਾ ਅਦਾਕਾਰੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ। ਇਹ ਵੀ ਪਤਾ ਲੱਗਿਆ ਕਿ ਉਹ ਹੱਸ ਸਕਦੇ ਨੇ। ਨਹੀਂ, ਹੱਸ ਤਾਂ ਮੈਂ ਸਕਦਾ ਸੀ, ਸੋਚਦੇ ਸੀ ਲੋਕ। ਦੇਖੋ, ਮੈਂ ਘਰੇ ਹੱਸਦਾ ਸੀ, ਆਪਣੇ ਬਹੁਤ ਸਾਰੇ ਦੋਸਤ ਮਿੱਤਰ ਆ ਜਿਹੜੇ ਬਹੁਤ ਹੀ ਨੇੜਲੇ ਮਿੱਤਰ ਆ, ਜਿਨ੍ਹਾਂ ਦੇ ਕੋਲੇ ਬੁੱਕਲ ਖੁੱਲੀ ਆ ਹਰ ਤਰ੍ਹਾਂ ਦੀ, ਉਹਨਾਂ ਦੇ ਕੋਲੇ ਹੱਸਦਾ ਸੀ। ਪਰ ਇੱਥੇ ਬਹਿਣ ਦੇ ਨਾਲ ਇਹ ਫਰਕ ਪਿਆ ਵੀ ਤੁਸੀਂ ਮੈਨੂੰ ਕੈਮਰੇ ਦੇ ਮੂਹਰੇ ਹੱਸਣ ਲਾਤਾ। ਬਿਲਕੁਲ, ਤੇ ਮੈਂ ਤੁਹਾਡਾ ਧੰਨਵਾਦੀ ਹਾਂ। ਨਹੀਂ, ਅਸੀਂ ਕਾਹਦਾ ਲਾਇਆ, ਇਹ ਤਾਂ ਤੁਹਾਡੇ ਅੰਦਰ ਇੱਕ ਕਲਾ ਸੀ ਜਿਹਨੂੰ ਅਸੀਂ ਬਾਹਰ ਲਿਆਂਦਾ। ਕਲਾ ਵੀ ਸੀ? ਨਹੀਂ, ਕਲਾ ਹੁੰਦੀ ਹੈ। ਹੋਰ ਸੁਣਾਓ, ਕੀ ਹਾਲ ਚਾਲ ਨੇ? ਬਸ ਠੀਕ ਹੈ, ਵਧੀਆ। ਇਹ ਤਾਂ ਸ਼ੁਕਰ ਗੁਜ਼ਾਰਾਂ ਸੀ ਅਮਨ ਖਟਕਰ ਭਾਜੀ ਦੇ, ਜਿਨ੍ਹਾਂ ਨੇ ਮੌਕਾ ਦਿੱਤਾ ਕਿ ਤੁਸੀਂ ਇੱਥੇ ਬਹਿ ਕੇ ਆਪਣੀ ਜਿਹੜੀ ਕਲਾ ਹੈ ਉਹਦੇ ਰੰਗ ਬਖੇਰਦੇ ਹੋ। ਤੇ ਚਾਹੀਦਾ ਵਿਚਾਰ ਦੇ ਵਿੱਚ ਹੁਣ ਤੁਸੀਂ ਨਾ ਭੂਮਿਕਾ ਬਣ ਰਹੇ ਆ, ਜਿਵੇਂ ਤੁਸੀਂ ਆਪਣੀ ਕਲਾ ਦੇ ਰੰਗ ਬਖੇਰ ਰਹੇ ਹੋ। ਤੁਸੀਂ ਏਦਾਂ ਵੀ ਤੁਸੀਂ ਮੈਨੂੰ ਭਾਰੇ ਭਾਰੇ ਜੇ ਸ਼ਬਦ ਵਰਤ ਕੇ ਤੇ ਇਉਂ ਲੱਗਦਾ ਵੀ ਪੱਤਰਕਾਰੀ ਦੇ ਵਿੱਚੋਂ ਬਾਹਰ ਕੱਢ ਕੇ ਤੇ ਹੁਣ ਤੁਸੀਂ ਮੈਨੂੰ ਨਾ ਉਹ ਰੰਗ ਮੰਚ ਨਾਲ ਜੋੜ ਰਹੇ ਹੋ, ਮੈਨੂੰ ਫਿਲਮਾਂ ਨਾਲ ਜੋੜ ਰਹੇ ਹੋ। ਮੈਂ ਕਿਸੇ ਪਾਸੇ ਨਹੀਂ ਜੁੜਨਾ, ਮੈਂ ਇੱਥੇ ਠੀਕ ਹਾਂ, ਇਵੇਂ ਠੀਕ ਹਾਂ। ਦੇਖੋ, ਜਿੰਨੇ ਭਾਰੇ ਭਾਰੇ ਲਫ਼ਜ਼ ਨੇ ਨਾ, ਸ਼ਬਦ ਜਿਹੜੇ ਮੈਂ ਵਰਤੇ ਨੇ, ਤੁਹਾਡੀ ਸੰਗਤ ਦਾ ਹੀ ਅਸਰ ਹੈ, ਤੁਹਾਡੇ ਤੋਂ ਹੀ ਸਿੱਖੇ ਨੇ। ਚਲੋ, ਮਿਹਰਬਾਨੀ। ਚਲੋ, ਮੁੱਖ ਧਾਰਾ ਚ ਆਓ ਤੇ ਪ੍ਰੋਗਰਾਮ ਦੀ ਰਫ਼ਤਾਰ ਵਧਾਓ। ਅਸੀਂ ਚਾਹੀਦਾ ਵਿਚਾਰ ਲੈ ਕੇ ਹਾਜ਼ਰ ਹੋਏ ਆ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਚਾਹੀਦੇ ਵਿਚਾਰ ਤੋਂ ਕਰਦੇ ਆ। ਮੈਂ ਕਿਤੇ ਲਿਖਿਆ ਪੜਿਆ, ਮੈਨੂੰ ਬੜਾ ਚੰਗਾ ਲੱਗਿਆ, ਕਹਿੰਦੇ ਕਿ ਜੋ ਪਾਣੀ ਸੇ ਨਹਾਏਗਾ ਉਹ ਲਿਬਾਸ ਬਦਲ ਲੇਗਾ। ਜੋ ਪਾਣੀ ਸੇ ਨਹਾਏਗਾ ਉਹ ਲਿਬਾਸ ਬਦਲ ਲੇਗਾ, ਜੋ ਪਸੀਨੇ ਸੇ ਨਹਾਏਗਾ ਉਹ ਇਤਿਹਾਸ ਬਦਲ। ਵਾਹ ਵਾਹ ਵਾਹ। ਦੇਖੋ, ਪਾਣੀ ਦੇ ਨਾਲ ਨਹਾਉਣਾ ਜੀ ਹਰ ਬੰਦੇ ਨੂੰ ਚੰਗਾ ਲੱਗਦਾ ਜੀ। ਪਾਣੀ ਨੁੱਚੜ ਜਾਂਦਾ, ਪਿੰਡਾਂ ਪੂੰਝ ਲੈਂਦੇ ਆ, ਗੱਲ ਫੇਰ ਉੱਥੇ। ਪਰ ਜਿਹੜੀ ਵਿੱਚ ਗੱਲ ਦੇ ਗੱਲ ਲੁਕੀ ਆ ਨਾ ਕਿ ਜਿਹੜਾ ਮੁੜਕੇ ਨਾਲ ਨਹਾਉਂਦਾ, ਜਦੋਂ ਨਾ ਸਿਰ ਤੋਂ ਮੁੜਕਾ ਸ਼ੁਰੂ ਹੁੰਦਾ ਤੇ ਗਿੱਟਿਆਂ ਤੱਕ ਆਉਂਦਾ, ਬਿਲਕੁਲ ਪਤਾ ਉਦੋਂ ਲੱਗਦਾ ਜਦੋਂ ਬੰਦਾ ਤਰਬ ਤਰ ਹੁੰਦਾ, ਜਦੋਂ ਪੈਡ ਤੇ ਖੜ ਕੇ ਕੰਮ ਕਰਦਾ, ਜਦੋਂ ਬੰਦਾ ਮਜ਼ਦੂਰੀ ਕਰਦਾ, ਜਦੋਂ ਸਿਰ ਦੇ ਉੱਤੇ 15-15 ਇੱਟਾਂ ਚੱਕਦਾ, ਫਿਰ ਪਤਾ ਲੱਗਦਾ ਵੀ 44 ਡਿਗਰੀ ਤਾਪਮਾਨ ਦੇ ਵਿੱਚ ਕੰਮ ਕੀ ਹੁੰਦਾ ਤੇ ਮਿਹਨਤ ਦਾ ਅਸਲ ਫਾਰਮੂਲਾ ਕੀ ਹੈ, ਮਿਹਨਤ ਦਾ ਅਸਲ ਦਸਤੂਰ ਕੀ ਹੈ। ਮਿਹਨਤ ਦੇ ਨਾਲ ਅਸੀਂ ਜੁੜ ਕੇ ਜ਼ਿੰਦਗੀ ਦੀ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਹਾਂ। ਸੋ ਬੜਾ ਸੋਹਣਾ ਇਹ। ਇੱਕ ਗੱਲ ਹੋਰ ਦੱਸਦਾ ਜੀ, ਬਈ ਬੰਦੇ ਨੂੰ ਨਾ ਜਿਹਨੇ ਦਿਹਾੜੀ ਕੀਤੀ ਹੋਵੇ, ਜਿਹਨੇ ਮਜ਼ਦੂਰੀ ਕੀਤੀ ਹੋਵੇ, ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਹਨੂੰ ਦਿਹਾੜੀ ਮਿਲ ਜੇ ਜੀ, ਤਾਂ ਉਹਦਾ ਅੱਧਾ ਮੁੜਕਾ ਵੈਸੇ ਇਹ ਲੱਗਦਾ ਵੀ ਭਾਈ ਮੇਰਾ ਖਿੰਡ ਪੁੰਡ ਗਿਆ, ਮੇਰਾ ਉੱਡ ਗਿਆ। ਬੰਦੇ ਨੂੰ ਜਿੰਨੀ ਮਰਜ਼ੀ ਥਕਾਵਟ ਹੋਈ ਹੋਵੇ ਮਿਹਨਤ ਕਰ ਕਰਕੇ, ਪਰ ਜਦੋਂ ਉਹਦੀ ਮਿਹਨਤ ਦਾ ਮੁੱਲ ਉਹਦੇ ਹੱਥਾਂ ਦੇ ਵਿੱਚ ਆਉਂਦਾ ਹੈ ਤੇ ਉਦੋਂ ਸਾਰਾ ਕੁਝ ਭੁੱਲ ਜਾਂਦਾ ਹੈ ਨਾ। ਬੜੀ ਚੈਨ ਦੀ ਨੀਂਦ ਆਉਂਦੀ ਹੈ, ਬੜਾ ਸਕੂਨ ਮਿਲਦਾ ਆਤਮਾ ਨੂੰ। ਤੇ ਹਮੇਸ਼ਾ ਮਿਹਨਤ ਕਰਕੇ ਹੀ ਖਾਣਾ ਚਾਹੀਦਾ ਤੇ ਕਮਾਉਣਾ ਚਾਹੀਦਾ, ਕਿਉਂਕਿ ਜੋ ਸਵਾਦ ਮਿਹਨਤ ਚ ਹੈ ਉਹ ਕਿਸੇ ਹੋਰ ਚੀਜ਼ ਚ ਹੈ। ਵੇਲੀਆਂ ਖਾਣ ਵਾਲਿਆਂ ਦੇ ਲਈ ਨਾ ਇਹ ਬਹੁਤ ਅਹਿਮ ਸੀ ਚੱਜ ਦਾ ਵਿਚਾਰ, ਇਸ ਕਰਕੇ ਭਾਈ ਆਪਾਂ ਵੇਲੀਆਂ ਖਾਣੀਆਂ ਬੰਦ ਕਰੀਏ। ਮੈਂ ਇੱਕ ਹੋਰ ਦੱਸਦਾ, ਰਾਤ ਨਾ ਮੈਂ ਇੱਕ ਵੀਡੀਓ ਦੇਖੀ, ਉਹਦੇ ਟੁਕੜੇ ਦੇਖੇ ਕਲਿੱਪ, ਉਹਦੇ ਵਿੱਚ ਦੱਸਿਆ ਸੀਗਾ ਵੀ ਰਜਨੀਕਾਂਤ ਬੱਸ ਕੰਡਕਟਰ ਸੀ, ਜੌਨੀ ਲੀਵਰ ਆ ਜਿਹੜਾ ਉਹ ਹਿੰਦੁਸਤਾਨ ਲੀਵਰ ਕੰਪਨੀ ਦੇ ਵਿੱਚ ਕੰਮ ਕਰਦਾ ਸੀ, ਜਿਹੜਾ ਨਸੀਰੂਦੀਨ ਸ਼ਾਹ ਇਹ ਚੌਂਕੀਦਾਰੇ ਦਾ ਕੰਮ ਕਰਦਾ ਸੀ, ਫਲਾਣਾ ਬੰਦਾ ਫਲਾਣਾ ਕੰਮ ਕਰਦਾ ਸੀ, ਅਕਸ਼ੇ ਕੁਮਾਰ ਵੇਟਰ ਹੁੰਦਾ ਸੀਗਾ। ਸੋ ਜੇਕਰ ਇਹ ਬੰਦੇ ਘੱਟ ਸਾਧਨਾਂ ਦੇ ਬਾਵਜੂਦ ਮਿਹਨਤ ਕਸ਼ ਹੋ ਕੇ ਇਸ ਮੁਰਾਤਬੇ ਤੇ ਪਹੁੰਚ ਸਕਦੇ ਆ ਨਾ, ਆਪਾਂ ਨੂੰ ਕੁਛ ਸਿੱਖਣਾ ਚਾਹੀਦਾ। ਬਿਲਕੁਲ ਠੀਕ। ਹਰਮਨ ਜੀ, ਗੱਲ ਇਹ ਹੈ ਵੀ ਤੁਸੀਂ ਤਾਂ ਚੱਜ ਦਾ ਵਿਚਾਰ ਸਾਂਝਾ ਕਰ ਲਿਆ ਜੀ, ਇੱਕ ਮੈਨੂੰ ਵੀ ਉਮੜਿਆ। ਹਰਬਰਟ ਰੀਵਸ ਇੱਕ ਬਹੁਤ ਮਹਾਨ ਦਾਰਸ਼ਨਿਕ ਵਿਚਾਰਵਾਨ ਵਿਅਕਤੀ ਹੋਏ ਆ, ਹਰਬਰਟ ਰੀਵਸ। ਉਹਨਾਂ ਨੇ ਇੱਕ ਕਮਾਲ ਦੀ ਗੱਲ ਲਿਖੀ ਆ, ਜੇ ਅਸੀਂ ਸਾਰੇ ਹੀ ਭਾਰਤ ਵਾਸੀ ਉਸ ਗੱਲ ਨੂੰ ਆਪਣੇ ਅੰਦਰੇ ਦੇ ਵਿੱਚ ਵਸਾ ਲਈਏ ਤਾਂ ਮੇਰਾ ਖਿਆਲ ਆ ਵੀ ਅੱਧੋ ਵੱਧ ਝਮੇਲੇ ਖਤਮ ਹੋ ਜਾਣ। ਉਹਨਾਂ ਨੇ ਇਹ ਲਿਖਿਆ ਵੀ ਮਨੁੱਖ ਸਭ ਤੋਂ ਗਲਤ ਪ੍ਰਾਣੀ ਆ। ਅੱਛਾ, ਮਨੁੱਖ ਸਭ ਤੋਂ ਗਲਤ, ਸਭ ਤੋਂ ਪਾਗਲ ਪ੍ਰਾਣੀ ਆ। ਇਹ ਅਦਿੱਖ ਪਰਮਾਤਮਾ ਦੀ ਪੂਜਾ ਕਰਦਾ, ਅਦਿੱਖ ਜਿਹੜਾ ਨਾ ਦਿਸਣ ਵਾਲਾ, ਤੇ ਪ੍ਰਤੱਖ ਕੁਦਰਤ ਦੇ ਨਾਲ ਖਿਲਵਾੜ ਕਰਦਾ। ਬਿਲਕੁਲ ਸੱਚ। ਪਰ ਉਹਨੇ ਇਹ ਵੀ ਗੱਲ ਲਿਖੀ ਆ ਵੀ ਇਹ ਗਲਤੀ ਕਰਦਿਆਂ ਭੁੱਲ ਜਾਂਦਾ ਕਿ ਉਹ ਜਿਹੜੀ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ ਇਹ ਉਹੀ ਪਰਮਾਤਮਾ ਜਿਹਦੀ ਉਹ ਪੂਜਾ ਕਰਨੀ ਚਾਹੀਦੀ ਹੈ। ਵਾਹ,
ਵਾਹ ਕਿਆ ਬਾਤ ਹੈ, ਗੱਲ ਸਿਰਫ ਸਮਝਣ ਦੀ ਹੈ, ਹੈ ਨਾ, ਇਹ ਗੱਲਾਂ ਸੱਚੀਆਂ ਨੇ, ਇਹ ਗੱਲ ਸਿਰਫ ਸਮਝਣ ਦੀ ਹੈ। ਤੇ ਜਿਵੇਂ ਕਿ ਉਹ ਡਲਹੌਜ਼ੀ ਮੈਨੂੰ ਫਿਰ ਚੇਤੇ ਆ ਗਿਆ, ਇਹ ਨਹੀਂ ਹਟਦਾ ਹੁਣ, ਪੈਸੇ ਲਾਏ ਆ ਨਾ। ਨਹੀਂ ਮੈਨੂੰ ਸੱਚੀ ਉੱਥੇ ਜਾ ਕੇ ਖੁਸ਼ੀ ਤਾਂ ਇਹ ਹੋਈ ਕਿ ਉੱਥੇ ਜਿਹੜਾ ਮੌਸਮ ਹੈ ਬਹੁਤ ਵਧੀਆ ਸੀ, ਬਿਲਕੁਲ ਸਹੀ ਗੱਲ, ਠੰਡ ਸੀ, ਹੈ ਨਾ, ਅੱਛੀ ਬਰਸਾਤ ਹੋਈ ਉੱਥੇ। ਮੌਸਮ ਦੇਖੋ ਉੱਥੇ ਤਾਂ ਚੰਗਾ ਜੀ ਕਿਉਂਕਿ ਬੰਦੇ ਚੰਗੇ ਆ ਜੀ। ਜੇਕਰ ਉੱਥੋਂ ਦੇ ਲੋਕ ਵੀ ਦਰਖਤਾਂ ਦਾ ਕਰਨ ਕਤਲੇਆਮ ਜੀ, ਜੀ ਜੇਕਰ ਪਹਾੜਾਂ ਨੂੰ ਕਰ ਦੇਣ ਪੱਧਰੇ ਜੀ, ਤਾਂ ਫਿਰ ਉਹਦੇ ਵਿੱਚ ਤੇ ਸਾਡੇ ਵਾਲੇ ਸੂਬੇ ਦੇ ਵਿੱਚ ਫਰਕ ਨਹੀਂ ਰਹਿਣਾ। ਬਿਲਕੁਲ ਠੀਕ ਹੈ, ਉਹ ਪਹਾੜ ਤਾਂ ਹੀ ਆ ਕਿਉਂਕਿ ਉੱਥੇ ਨਿਯਮ ਬਣੇ ਹੋਏ ਆ। ਜੇਕਰ ਤੁਸੀਂ ਦਰਖਤ ਵੱਢਣਾ ਤਾਂ ਪਹਿਲਾਂ ਸਰਕਾਰੀ ਮਨਜ਼ੂਰੀ ਲੈਣੀ ਪਊ। ਪਹਿਲੀ ਗੱਲ ਤਾਂ ਇਹ ਆ ਵੀ ਮੈਂ ਉੱਥੇ ਇੱਕ ਹੋਟਲ ਦੇਖਿਆ, ਉਹ ਜਿੱਥੇ ਉਹਨਾਂ ਨੇ ਹੋਟਲ ਬਣਾਇਆ ਤੇ ਉੱਥੇ ਸੀ ਦਰਖਤ, ਉਹਨਾਂ ਨੇ ਦਰਖਤਾਂ ਨੂੰ ਛੱਤ ਦੇ ਵਿੱਚ ਦੀ ਕੱਢਿਆ ਹੋਇਆ। ਬਿਲਕੁਲ ਠੀਕ ਹੈ, ਤੇ ਦੇਖੋ ਇਹ ਕੁਛ ਚਾਹੀਦਾ। ਉਹੀ ਨਾ ਵੀ ਮੈਂ ਦੇਖੋ ਦੋ ਚੀਜ਼ਾਂ ਵੇਖੀਆਂ ਨੇ ਜਦੋਂ ਮੈਂ ਰਸਤੇ ਜਾ ਰਹੀ ਸੀ ਹੁਸ਼ਿਆਰਪੁਰ ਦੇ ਵਿੱਚੋਂ ਦੀ, ਮੈਂ ਨਿਕਲ ਕੇ ਗਈ ਤੇ ਉਦੋਂ ਹੁਸ਼ਿਆਰਪੁਰ ਦੇ ਸੜਕ ਦੇ ਕੰਢੇ ਦੇ ਉੱਪਰ ਕਿੰਨੇ ਸਾਰੇ ਦਰਖਤਾਂ ਦਾ ਕਤਲ ਕੀਤਾ ਗਿਆ ਸੀ ਕਿਉਂਕਿ ਉਹ ਸੜਕ ਚੌੜੀ ਹੋ ਰਹੀ ਹੈ। ਇੰਨਾ ਕੁ ਜ਼ਿਆਦਾ ਦੁੱਖ ਹੋਇਆ ਉਹ ਵੇਖ ਕੇ ਵੀ, ਉਹ ਮੈਨੂੰ ਵਾਕਈ ਨਾ ਜਦੋਂ ਮੈਂ ਦੇਖ ਰਹੀ ਸੀ ਉਹਨਾਂ ਨੂੰ ਉਹ ਚਲਾਉਂਦੇ ਹੋਏ ਆਰਾ ਮਜ਼ਦੂਰਾਂ ਨੂੰ, ਤੇ ਮੈਨੂੰ ਉਹ ਤਸਵੀਰ ਯਾਦ ਆ ਰਹੀ ਸੀ ਵੀ ਉਹ ਰੁੱਖ ਦੇ ਵਿੱਚੋਂ ਆਰਾ ਕੱਢ ਰਹੇ ਤੇ ਖੂਨ ਨਿਕਲ ਰਿਹਾ, ਰੁੱਖ ਰੋਂਦੇ ਨੇ ਵੀ ਇਹਨਾਂ ਵਿਚਾਰਿਆਂ ਨੇ ਕੀ ਗਵਾਇਆ ਸੀ ਜਿਹਦੇ ਕਰਕੇ ਇਹਨਾਂ ਨੂੰ ਇਹ ਸਜ਼ਾ ਮਿਲੀ। ਉਹ ਉੱਥੇ ਉਹ ਸੜਕ ਚੌੜੀ ਕਰਕੇ ਇੰਨੇ ਰੁੱਖ ਕਤਲ ਹੋ ਗਏ। ਜਦੋਂ ਮੈਂ ਉੱਥੇ ਪਹੁੰਚੀ ਉੱਥੇ ਇੰਨੇ ਰੁੱਖ ਜਿਹੜਾ ਤੁਹਾਡੀਆਂ ਅੱਖਾਂ ਨੂੰ ਇੰਨੀ ਕੁ ਸ਼ਾਂਤੀ ਮਿਲਦੀ ਆ, ਤੁਹਾਡੀ ਆਤਮਾ ਨੂੰ ਇੰਨਾ ਕੁ ਸਕੂਨ ਮਿਲਦਾ। ਪਰ ਗੱਲ ਫਿਰ ਉੱਥੇ ਆ ਗਈ ਵੀ ਅਸੀਂ ਕੁਦਰਤ ਦਾ ਘਾਣ ਕਰਦੇ ਹਾਂ, ਅਸੀਂ ਉੱਥੇ ਵੀ ਪਲਾਸਟਿਕ ਜਿਹੜਾ ਉਹ ਇੰਨਾ ਖਿਲਾਰਿਆ, ਕੂੜਾ ਕਰਕਟ ਮਚਾਇਆ, ਜਿਹਦੇ ਕਰਕੇ ਮੈਨੂੰ ਲੱਗਦਾ ਵੀ ਆਉਣ ਵਾਲੇ ਹੋਰ 25-30 ਸਾਲਾਂ 'ਚ ਉੱਥੋਂ ਜਿੰਨੇ ਵੀ ਪਹਾੜੀ ਇਲਾਕੇ ਹੋਰ ਵੀ ਨੇ ਉਹਨਾਂ ਦੀ ਨੁਹਾਰ ਬਦਲ ਜਾਣੀ ਹੈ। ਮੈਂ ਦੱਸਦਾ ਵੀ ਇੱਕ ਨਾ ਕਰਮ ਸਿੰਘ ਅਲਬੇਲਾ ਹੁੰਦੇ ਸੀ ਜੀ, ਬੜੇ ਮਹਾਨ ਗਾਇਕ ਸੀ ਪੰਜਾਬ ਦੇ ਜੀ, ਉਹ ਇਸ ਦੁਨੀਆਂ ਦੇ ਉੱਤੇ ਹੁਣ ਨਹੀਂ ਆ। ਉਹਨਾਂ ਦਾ ਛੋਟਾ ਭਰਾ ਹੈਗਾ ਰਾਮ ਸਿੰਘ ਅਲਬੇਲਾ ਜੀ, ਉਹ ਨਾ ਲੋਕ ਪੱਖੀ ਗੀਤ, ਵਾਤਾਵਰਨ ਪੱਖੀ ਗੀਤ, ਸਮਾਜ ਪੱਖੀ ਗੀਤ ਗਾਉਂਦਾ। ਕਦੇ ਵੀ ਮੈਂ ਰਾਮ ਸਿੰਘ ਅਲਬੇਲਾ ਦੇ ਮੂੰਹ ਦੇ ਵਿੱਚੋਂ ਜੇ ਸੁਣਦਾ ਗੀਤ ਤਾਂ ਉਹ ਹੋਊਗਾ ਟ੍ਰੈਫਿਕ ਦੇ ਬਾਰੇ, ਉਹ ਹੋਊਗਾ ਰੁੱਖਾਂ ਬਾਰੇ, ਉਹ ਹੋਊਗਾ ਪਹਾੜਾਂ ਬਾਰੇ, ਉਹ ਹੋਊਗਾ ਸਿੱਖਿਆ ਬਾਰੇ, ਉਹ ਹੋਊਗਾ ਸਿਹਤ ਬਾਰੇ। ਉਹਨਾਂ ਦਾ ਇੱਕ ਗੀਤ ਆ, ਬੋੜਾਂ ਦੀ ਠੰਡੀ ਛਾਂ ਪਿੱਪਲਾਂ ਦੀ ਠੰਡੀ ਛਾਂ ਦੇਵੇ ਵੱਖਰਾ ਨਜ਼ਾਰਾ, ਪਿੱਪਲਾਂ ਦੀ ਠੰਡੀ ਛਾਂ, ਬੋੜਾਂ ਦੀ ਠੰਡੀ ਛਾਂ ਦੇਵੇ ਵੱਖਰਾ ਨਜ਼ਾਰਾ, ਉਹ ਰੁੱਖਾਂ ਦਾ ਮਨੁੱਖਾਂ ਨਾਲ ਗੂੜਾ ਭਾਈਚਾਰਾ। ਸਾਰਾ ਗੀਤ ਕਮਾਲ ਦਾ, ਸਿਰਾ ਲਾਇਆ ਪਿਆ। ਕੀ ਬਾਤ ਹੈ, ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਜਦੋਂ ਨਾ ਆਪਾਂ ਗੱਲ ਕਰਦੇ ਹਾਂ ਬਈ ਮੁਹੱਬਤੀ ਜੁਗਤਾਂ ਦੀ, ਕਈ ਬੰਦੇ ਕਈ ਤਰ੍ਹਾਂ ਦੇ ਨਾਲ ਲੀਨ ਹੁੰਦੇ, ਗੁੜਚ ਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਦਿਸਦਾ ਹੀ ਨਹੀਂ ਹੁੰਦਾ ਵੀ ਆਲ ਦੁਆਲਾ ਸਾਡੇ ਬਾਰੇ ਕੀ ਸੋਚਦਾ, ਭੂਮਿਕਾ ਅੱਛੀ ਬਣ ਰਹੇ ਹੋ। ਹਾਂ, ਉਹ ਅਸਲ ਦੇ ਵਿੱਚ ਨਾ ਗੱਲ ਇਹ ਹੈ ਵੀ ਇੱਕ ਉਮਰ ਹੁੰਦੀ ਆ ਜੀ ਜਦੋਂ ਇਹ ਲੱਗਦਾ ਹੁੰਦਾ ਵੀ ਮੇਰੇ ਨਾਲੋਂ ਸਿਆਣਾ ਕੋਈ ਨਹੀਂ, ਮੇਰੇ ਨਾਲ ਚਤਰ ਕੋਈ ਨਹੀਂ। ਨਹੀਂ, ਇੱਕ ਉਮਰ ਨਹੀਂ ਹੁੰਦੀ, ਇਹ ਬੰਦੇ ਨੂੰ ਸਾਰੀ ਉਮਰ ਹੀ ਵਹਿਮ ਰਹਿੰਦਾ ਕਿ ਮੇਰੇ ਤੋਂ ਸਿਆਣਾ, ਮੇਰੇ ਤੋਂ ਚਤਰ। ਬੰਨ ਲਾ ਤੇ ਬੰਨਣ ਦਿਓ ਨਾ, ਫਿਰ ਮਾਫੀ ਚਾਹੁੰਦੀ ਆ, ਆਉਣ ਦਿਓ ਬੰਦੇ ਨੂੰ। ਦੇਖੋ ਜਦੋਂ 15 18 20 22 25 26 ਸਾਲ ਦੀ ਉਮਰ ਹੁੰਦੀ ਆ ਉਦੋਂ ਇਉਂ ਲੱਗਦਾ ਹੁੰਦਾ ਮੇਰੇ ਨਾਲੋਂ ਚਤਰ ਕੋਈ ਨਹੀਂ, ਮੇਰੇ ਨਾਲੋਂ ਸਿਆਣਾ ਕੋਈ ਨਹੀਂ, ਮੇਰੇ ਨਾਲੋਂ ਤੀਖਣ ਬੁੱਧੀ ਦਾ ਮਾਲਕ ਕੋਈ ਨਹੀਂ। ਇਹ ਜਿਹੜੇ ਦੂਜੇ ਆ ਨਾ ਲੋਕ, ਇਹ ਪਛੜੀ ਸੋਚ ਦੇ ਧਾਰਨੀ ਆ, ਇਹ ਰੂੜੀਵਾਦੀ ਖਿਆਲਾਂ ਦੇ ਮਾਲਕ। ਬਿਲਕੁਲ ਠੀਕ ਹੈ, ਪਰ ਜਿਵੇਂ ਜਿਵੇਂ ਉਹ ਉਮਰ ਦੀਆਂ ਪੌੜੀਆਂ ਚੜ੍ਹਦਾ ਫਿਰ ਉਹ ਬੰਦਾ ਬਣਦਾ ਜਾਂਦਾ, ਫਿਰ ਉਹਨੂੰ ਲੱਗਦਾ ਵੀ ਹਾਂ ਮੈਂ ਫਲਾਣੇ ਮੌਕੇ ਤੇ ਆਹ ਗਲਤੀ ਕੀਤੀ ਸੀ, ਮੈਂ ਆਪਦੇ ਇਸ਼ਕ ਪੇਚੇ ਦੇ ਵਿੱਚ ਇਹੋ ਜਿਹਾ ਫਸਿਆ ਰਿਹਾ, ਆਪਣੇ ਮਾਪਿਆਂ ਦੀ ਕਦਰ ਨਹੀਂ ਕੀਤੀ, ਮੈਂ ਜੱਗ ਦੀ ਕਦਰ ਨਹੀਂ ਕੀਤੀ। ਪਰ ਜਦੋਂ ਲੂਣ ਤੇਲ ਦਾ ਭਾਅ ਪਤਾ ਲੱਗਦਾ ਨਾ ਤੇ ਭੰਬੜਾ ਭੂ ਫੇਰ ਹੁੰਦਾ। ਪਰ ਕਈ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਭਾਵੇਂ 70 ਸਾਲ ਦੇ ਹੋ ਜਾਣ, 80 ਸਾਲ ਦੇ ਹੋ ਜਾਣ, ਉਹਨਾਂ ਨੂੰ ਫਿਰ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਚੰਗਾ ਲੱਗਦਾ, ਜਿਵੇਂ ਕਿ ਕਈ ਸੂਬਿਆਂ ਦੇ ਮੁੱਖ ਮੰਤਰੀ ਹੁੰਦੇ ਆ। ਮੈਨੂੰ ਨਾ ਗੱਲ ਤਾਂ ਚੇਤੇ ਆ ਗਈ ਇੱਕ ਖਬਰ ਦੇ ਰੂਪ ਦੇ ਵਿੱਚ, ਕਿਉਂਕਿ ਜਿਹੜੇ ਸੀਨੀਅਰ ਵਕੀਲ ਆ ਨਾ ਐਚ ਸੀ ਅਰੋੜਾ ਸਾਹਿਬ, ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਹੈ। ਬਿਲਕੁਲ ਲਿਖੀ ਹੈ। ਉਹਨਾਂ ਨੇ ਚਿੱਠੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਰੂਸਾ ਆਲਮ ਜੋ ਕਿ ਸਾਡੇ ਗੁਆਂਢੀ ਦੇਸ਼ ਦੇ ਨਾਲ ਸੰਬੰਧ ਰੱਖਦੇ ਆ ਤੇ ਇੱਧਰ ਵੀ ਹੁਣ ਤਾਂ ਰੱਖਦੇ ਆ, ਪਰ ਤੇ ਉਹਨਾਂ ਨੂੰ ਕਿਹੜੀ ਗੱਲੋਂ ਵਾਰ ਵਾਰ ਵੀਜ਼ਾ ਮਿਲ ਰਿਹਾ ਭਾਰਤ ਦਾ, ਉਹਨਾਂ ਦੀ ਦੇਣ ਕੀ ਆ ਭਾਰਤ ਨੂੰ, ਖਾਸ ਕਰਕੇ ਪੰਜਾਬ ਸੂਬੇ ਨੂੰ ਕੀ ਦੇਣਾ, ਪੰਜਾਬ ਦੇ ਲੋਕਾਂ ਨੂੰ ਕੀ ਦੇਣਾ, ਪੰਜਾਬ ਦੀ ਕੈਬਨਿਟ ਨੂੰ ਕੀ ਦੇਣਾ, ਤੇ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਿੱਜੀ ਤੌਰ ਦੇ ਉੱਤੇ ਮਿੱਤਰ ਹੋ ਸਕਦੇ ਆ, ਔਰਤ ਮਿੱਤਰ ਹੋਵੇ ਕੋਈ ਮਾੜੀ ਗੱਲ ਨਹੀਂ, ਪਰ ਉਹ ਸਰਕਾਰੀ ਸਮਾਗਮਾਂ ਦੇ ਵਿੱਚ, ਮੁੱਖ ਸਮਾਗਮਾਂ ਦੇ ਵਿੱਚ ਕਿਹੜੇ ਅਹੁਦੇ ਦੇ ਕਰਕੇ ਜਾਂਦੇ ਆ। ਉਹਨਾਂ ਨੇ ਕਿਹਾ ਵੀ ਜਿਹੜਾ ਇੱਕ ਸਾਲ ਦਾ ਵੀਜ਼ਾ ਫਿਰ ਵਧਾ ਦਿੱਤਾ ਗਿਆ ਇਹਨਾਂ ਦਾ, ਅਰੂਸਾ ਆਲਮ ਦਾ ਇੱਕ ਵਾਰੇ ਦਾ ਵੀਜ਼ਾ ਫਿਰ ਵਧ ਗਿਆ ਜੀ। ਇਹ ਕਿਉਂ ਵਧਾਇਆ ਗਿਆ? ਇਹ ਰੱਦ ਹੋਣਾ ਚਾਹੀਦਾ, ਇਹਨਾਂ ਨੂੰ ਆਪਣੇ ਦੇਸ਼ ਵੱਲ ਗੋਵਿੰਟ ਗਾਉਣ ਕਹਿਣਾ ਚਾਹੀਦਾ, ਜਾਓ ਜਾਓ ਜਾਓ। ਨਹੀਂ ਪਰ ਇਹ ਅਰੋੜਾ ਸਾਹਿਬ ਇੰਨੇ ਸੀਨੀਅਰ ਵਕੀਲ ਨੇ, ਕੀ ਗੱਲ ਉਹਨਾਂ ਨੂੰ ਨਹੀਂ ਪਤਾ ਵੀ ਅਰੂਸਾ ਆਲਮ ਦੀ ਕੀ ਦੇਣ ਆ?
ਦੇਣ ਚਲੋ ਹੈ ਕਿਸੇ ਵਿਅਕਤੀ ਵਿਸ਼ੇਸ਼ ਲਈ ਹੋਵੇ ਜੀ, ਪੰਜਾਬ ਲਈ ਕੀ? ਦੇਖੋ ਗੱਲ ਇਹ ਆ ਵੀ ਜਿਹੜੇ ਵਿਅਕਤੀ ਵਿਸ਼ੇਸ਼ ਲਈ ਹੈ, ਹਨਾ, ਮੈਂ ਤਾਂ ਇਹ ਵੀ ਸੁਣਿਆ ਵੀ ਜੇ ਕੋਈ ਕੈਪਟਨ ਸਾਹਿਬ ਤੋਂ ਕੰਮ ਕਰਾਉਣਾ ਹੋਵੇ ਤਾਂ ਉਹਨਾਂ ਦੇ ਤੇ ਆਂਗਣਵਾੜੀ ਵਰਕਰਾਂ ਜਿਹੜੀਆਂ ਉਹਨਾਂ ਨੇ ਪਿਛਲੇ ਦਿਨੀ ਕਿਹਾ ਹੀ ਸੀਗਾ ਵੀ ਅਸੀਂ ਲਹੂ ਭਿੱਜੇ ਖਾਤਾ ਜਿਹੜੇ ਉਹ ਅਰੂਸਾ ਆਲਮ ਦੇ ਨਾਂ ਤੇ ਲਿਖਣੇ ਆ, ਕਿਉਂਕਿ ਕੈਪਟਨ ਸਾਹਿਬ ਸਾਡੀ ਤਾਂ ਸੁਣਦੇ ਨਹੀਂ, ਬਾਕੀ ਮੰਤਰੀ ਸਾਡੀ ਸੁਣਦੇ ਨਹੀਂ, ਕੀ ਪਤਾ ਅਰੂਸਾ ਜੀ ਪੁਲ ਦਾ ਕੰਮ ਹੀ ਕਰ ਜਾਣ। ਉਹਨਾਂ ਨੇ ਕਿਹਾ ਵੀ ਲਹੂ ਭਿੱਜੀਆਂ ਚਿੱਠੀਆਂ ਅਸੀਂ ਭੇਜਣੀਆਂ। ਹੁਣ ਦੇਖੋ ਕੁਲਦੀਪ ਮਾਣਕ ਸਾਹਿਬ ਦਾ ਗੀਤ ਹੁੰਦਾ ਸੀ, ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ। ਅੱਜ ਦੇ ਸਮੇਂ ਦੇ ਵਿੱਚ ਦੇਖ ਲਓ ਲਹੂ ਭਿੱਜੀਆਂ ਚਿੱਠੀਆਂ ਕਿਹੜੀ ਗੱਲੋਂ ਲਿਖਣੀਆਂ ਪੈਂਦੀਆਂ, ਮੈਨੂੰ ਗੱਲ ਵੀ ਚੇਤੇ ਆ ਗਈ। ਇੱਕ ਵਾਰੀ ਇੱਕ ਮੁੰਡਾ ਗਿਆ ਖੂਨਦਾਨ ਵਾਲੀ ਬੈਂਕ ਦੇ ਵਿੱਚ, ਬਲੱਡ ਬੈਂਕ ਦੇ ਵਿੱਚ ਜਾ ਕੇ ਕਹਿੰਦਾ ਜੀ ਇੱਕ ਬੋਤਲ ਖੂਨ ਦੀ ਦੇ ਦਿਓ। ਉਹ ਕਹਿੰਦੇ ਕਿਹੜਾ ਗਰੁੱਪ? ਓ ਬੀ ਪੋਜ਼ਿਟਿਵ ਨੈਗੇਟਿਵ ਜਿਹੜਾ ਵੀ ਹੁੰਦਾ। ਉਹ ਕਹਿੰਦਾ ਕੋਈ ਵੀ ਦੇ ਦਿਓ। ਉਹ ਕਹਿੰਦੇ ਫਿਰ ਵੀ ਕੋਈ ਦੱਸ ਤੈਨੂੰ ਕਿਹੜੇ ਦੀ ਲੋੜ ਆ, ਉਹ ਮਿਲਾਨ ਕਰਨਾ ਹੁੰਦਾ, ਮੈਚ ਕਿਹੜਾ ਕਰਦਾ, ਲੱਲਾ ਪੱਬਾ ਸੌ ਗੱਲਾਂ ਹੁੰਦੀਆਂ। ਕਹਿੰਦਾ ਕੋਈ ਵੀ ਦੇ ਦਿਓ। ਕਿਉਂ? ਕਹਿੰਦਾ ਵੀ ਕਿਉਂ? ਕਹਿੰਦਾ ਮੈਂ ਤਾਂ ਆਪਦੀ ਪ੍ਰੇਮਿਕਾ ਨੂੰ ਖੂਨ ਨਾਲ ਚਿੱਠੀ ਲਿਖਣੀ ਆ ਬਸ, ਹੋਰ ਮੇਰਾ ਕੋਈ ਯੋਗਦਾਨ ਨਹੀਂ ਇਹਦੇ ਚ। ਮੁੱਕਦੀ ਗੱਲ ਉਹੀ ਹੈ। ਦੇਖੋ ਜਦੋਂ ਇੱਕ ਛੋਟੀ ਜਿਹੀ ਗੱਲ ਹੈ, ਜਦੋਂ ਕਿਸੇ ਵੀ ਆਪਾਂ ਅਫਸਰ ਦੇ ਕੋਲੋਂ ਕੋਈ ਕੰਮ ਕਰਾਉਣਾ ਹੁੰਦਾ ਤੇ ਆਪਾਂ ਉਹਦੇ ਤੱਕ ਇੱਕ ਪਹੁੰਚ ਲੱਭਦੇ ਹਾਂ, ਸਿਫਾਰਿਸ਼ ਲੱਭਦੇ ਹਾਂ, ਸਿਫਾਰਿਸ਼ ਲੱਭਦੇ ਹਾਂ, ਹਨਾ, ਵੀ ਕੋਈ ਉਹਦਾ ਪੱਕਾ ਯਾਰ ਹੀ ਲੱਭਦੇ, ਥਾਣੇਦਾਰ ਕੋਲੇ ਜਾਣਾ ਹੋਵੇ, ਸਰਪੰਚ ਲੈ ਕੇ ਜਾਣਾ ਪੈਂਦਾ, ਸਰਪੰਚ ਕੋਲੇ ਜਾਣਾ ਹੋਵੇ, ਗੁਆਂਢੀ ਲੈ ਕੇ ਜਾਣਾ ਪੈਂਦਾ, ਬਿਲਕੁਲ। ਸੋ ਉਹਦੇ ਤੱਕ ਇੱਕ ਜਾਣ ਦਾ ਰਸਤਾ ਲੱਭਿਆ ਜਾਂਦਾ ਹੈ ਵੀ ਉਹਦਾ ਕੋਈ ਪੱਕਾ ਯਾਰ ਹੋਵੇ, ਉਹਨੂੰ ਕਹਿ ਕੇ ਤੇ ਉਹ ਕੰਮ ਕਰ ਦਿਓ, ਤੇ ਇਹੀ ਦੇਣਾ ਰੁਸਾ ਲਮ। ਪੱਕਾ ਕੋਈ ਯਾਰ ਹੋਵੇ ਉਹਨੂੰ ਲੈ ਕੇ ਜਾਓ, ਗੱਲ ਥੋੜੀ ਖਤਰਨਾਕ ਨਹੀਂ। ਜੀ ਅੱਗੇ ਤੋਂ ਨਾ ਜਦੋਂ ਤੁਹਾਡੇ ਲੋਕ ਸਭਾ ਦੀਆਂ ਵਿਧਾਨ ਸਭਾ ਦੀਆਂ ਵੋਟਾਂ ਪੈਣ, ਹਾਂਜੀ, ਵੱਧ ਤੋਂ ਵੱਧ ਵੋਟਾਂ ਪਵਾਉਣੀਆਂ ਜਿਹੜਾ ਵੀ ਤੁਹਾਨੂੰ ਉਮੀਦਵਾਰ ਪਸੰਦ ਹੋਵੇ। ਮੈਂ ਕਿਉਂ ਪਵਾਵਾਂ? ਤੁਹਾਨੂੰ ਫਾਇਦਾ ਹੋਊਗਾ। ਕਾਹਦਾ ਫਾਇਦਾ? ਮੈਨੂੰ ਨਹੀਂ ਇਦਾਂ ਦੇ ਫਾਇਦੇ ਚਾਹੀਦੇ। ਉਹ ਇੱਕ ਫਾਇਦਾ ਹੋਊਗਾ ਬੜਾ ਮਹੱਤਵਪੂਰਨ। ਕਿਹੜਾ ਫਾਇਦਾ? ਹਮੇਸ਼ਾ ਕਹਿੰਦੇ ਰਹਿੰਦੇ ਹੋ ਵੀ ਜਹਾਜ਼ ਦੀ ਸੀਟ ਤੇ ਨਹੀਂ ਬੈਠੇ, ਜਹਾਜ਼ 'ਚ ਬਹਿਣਾ, ਬਾਹਰਲੇ ਮੁਲਕ ਜਾਣਾ। ਜੀ ਬਾਹਰਲੇ ਮੁਲਕ ਚਲੇ ਜਾਓਗੇ ਜੇ ਰਿਕਾਰਡ ਤੋੜ ਵੋਟਾਂ ਦੇ ਫਰਕ ਦੇ ਨਾਲ ਆਪਣੇ ਉਮੀਦਵਾਰ ਨੂੰ ਜਿਤਾਤਾ। ਮਤਲਬ? ਮਤਲਬ ਇਹ ਇੱਕ ਪੇਸ਼ਕਸ਼ ਹੈ ਜਿਹਨੂੰ ਆਫਰ ਕਹਿੰਦੇ ਆ। ਕਾਹਦੀ ਆਫਰ ਹੈ ਇਹ? ਦੱਸੋ ਕਾਹਦੀ ਆਫਰ ਹੈ? ਇਹ ਲੜਨ ਵਾਲਿਆਂ ਨੂੰ ਕਿਉਂ ਪੈਂਦਾ? ਕਾਹਦੀ ਆਫਰ ਇਹ? ਨਹੀਂ ਮਤਲਬ ਹੱਦ ਹੋ ਗਈ, ਇਹ ਵੋਟਾਂ ਨਾ ਹੋ ਗਈਆਂ, ਐਡਾਂ ਤਾਂ ਬੜੀਆਂ ਚਲਾਉਂਦੇ, ਵੋਟ ਦੀ ਤਾਕਤ ਨੂੰ ਪਛਾਣੋ, ਵੋਟ ਤੁਹਾਡੀ ਤਾਕਤ ਆ, ਵੋਟ ਤੇ ਜਾਇ ਤਾਕਤਵਰ ਨਹੀਂ ਹੁੰਦਾ। ਆਫਰਾਂ ਵੇਖ ਲਓ ਕੀ ਗੱਲ, ਹੁਣ ਨਹੀਂ ਇਲੈਕਸ਼ਨ ਕਮਿਸ਼ਨ ਨੂੰ ਨਜ਼ਰ ਆਉਂਦਾ ਵੀ ਆਫਰਾਂ ਕਿਹੋ ਜਿਹੀਆਂ ਚੱਲਦੀਆਂ। ਇਹ ਹੈਗੀਆਂ ਅਸਲ ਦੇ ਵਿੱਚ ਭਰਾਤਰੀ ਪੇਸ਼ਕਸ਼ਾਂ। ਚੋਣ ਕਮਿਸ਼ਨ ਦਾ ਸ਼ਿਕੰਜਾ ਉਦੋਂ ਹੁੰਦਾ ਜਦੋਂ ਵੋਟਾਂ ਦਾ ਬਿਗਲ ਵੱਜ ਜੇ, ਜਦੋਂ ਚੋਣ ਜ਼ਾਬਤਾ ਲਾਗੂ ਹੋ ਜੇ। ਹੁਣ ਜੋ ਮਰਜ਼ੀ ਕਰਦੇ ਫਿਰਨ, ਹੁਣ ਕੀ ਫਰਕ ਪੈਂਦਾ? ਅਸਲ ਦੇ ਵਿੱਚ ਗੱਲ ਇਹ ਆ ਵੀ ਲੁਧਿਆਣੇ ਤੋਂ ਹੈਗੇ ਆ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ, ਬਿਲਕੁਲ, ਉਹਨਾਂ ਦੇ ਵੱਲੋਂ ਇੱਕ ਪੇਸ਼ਕਸ਼ ਕੀਤੀ ਗਈ ਹੈ। ਇੱਕ ਉੱਥੋਂ ਦੇ ਵਿਧਾਇਕ ਹੈਗੇ ਲੁਧਿਆਣੇ ਦੇ ਸੰਜੇ ਤਲਵਾਰ, ਉਹਨਾਂ ਨੇ ਪੇਸ਼ਕਸ਼ ਕਰਤੀ ਹੈ ਸਾਂਝੇ ਰੂਪ ਦੇ ਵਿੱਚ ਵੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਕੌਂਸਲਰ ਤੇ ਜਿਹੜਾ ਵੀ ਹਲਕੇ ਦਾ ਵਿਧਾਇਕ ਸਾਨੂੰ ਵੱਧ ਵੋਟਾਂ ਪਵਾਊਗਾ, ਲੀਡ ਵੱਧ ਦਵਾਊਗਾ, ਵੱਧ ਗਿਣਤੀ ਦੇ ਵਿੱਚ ਵੋਟਾਂ ਪਵਾਊਗਾ, ਉਹਨੂੰ ਟੱਬਰ ਸਮੇਤ ਦੁਬਈ ਦਾ ਅਸੀਂ ਸਫ਼ਰ ਕਰਾਵਾਂਗੇ, ਟੂਰ ਕਰਾਵਾਂਗੇ, ਚਾਰ ਰਾਤਾਂ ਤਿੰਨ ਦਿਨ ਕੁਛ ਇਦਾਂ ਦਾ ਪੈਕੇਜ ਉਹਨਾਂ ਦਾ। ਅੱਛਾ ਜੀ। ਪੰਜ ਤਾਰਾ ਹੋਟਲ ਦੇ ਵਿੱਚ ਤੁਸੀਂ ਸਹੂਲਤਾਂ ਮਾਣੋਗੇ। ਉਹ ਕਹਿੰਦੇ ਵੀ ਦੇਖੋ ਤੁਹਾਡਾ ਉਤਸ਼ਾਹ ਵਧਾਉਣਾ ਆਪਾਂ, ਕਹਿਣ ਦਾ ਭਾਵ ਇਹ ਹੈ ਵੀ ਰਵਨੀਤ ਬਿੱਟੂ ਜਿਤਾਓ ਤੇ ਟੱਬਰ ਸਮੇਤ ਡੁਬਈ ਜਾਓ। ਇਹੋ ਜਿਹੇ ਡੁਬਈ ਤੋਂ ਕੀ ਥੋੜਾ? ਕਿਉਂ? ਮਤਲਬ ਚਾਰ ਦਿਨ ਵਾਲੀ ਡੁਬਈ ਜਾਣਾ, ਮੁੜ ਕੇ ਆ ਕੇ ਜੋ ਬਾਅਦ ਵਿੱਚ ਕਰਨਾ। ਮੈਨੂੰ ਇਹ ਲੱਗਦਾ ਮੁਕਾਬਲਾ ਹੋਰ ਛਿੜ ਪੈਣਾ, ਕੱਲ ਨੂੰ ਅਕਾਲੀ ਦਲ ਨੇ ਕਹਿਣਾ ਵੀ ਭਾਈ ਸਾਡੇ ਉਮੀਦਵਾਰ ਨੂੰ ਵੱਧ ਵੋਟਾਂ ਪਾਓ, ਅਮਰੀਕਾ ਜਾਓ। ਤੇ ਵਧੀਆ ਇਹ ਆਪ ਵਾਲੇ ਕਹਿਣਗੇ ਸਾਡੇ ਨੂੰ ਵੋਟਾਂ ਪਵਾਓ, ਜਰਮਨੀ ਵੱਲ ਜਾਓ। ਨਹੀਂ ਇਹ ਵਧੀਆ, ਸਗੋਂ ਅਮਰੀਕਾ ਵੱਲ ਨੂੰ ਜਾਓ, ਮੁੜ ਕੇ ਜਾ ਕੇ ਕਿਤੇ ਹੋਰ ਹੀ ਗਵਾਚ ਜਾਓ ਤੇ ਵਾਪਸ ਨਾ ਆਓ। ਇਹ ਤਾਂ ਮਾੜੀ ਗੱਲ ਹੈ, ਨਹੀਂ ਵਾਪਸ ਵੀ ਆਓ। ਨਹੀਂ ਫਿਰ ਇਦਾਂ ਦੇ ਮੁਲਕ 'ਚ ਵਾਪਸ ਆ ਕੇ ਕਰਨਾ ਕੀ? ਕਿਉਂ? ਚਾਰ ਦਿਨਾਂ ਦੇ ਆਨੰਦ ਦੇ ਲਈ ਜਿਹੜੇ ਬਾਕੀ 5 ਸਾਲ ਲਊ ਪੀਣਾ ਉਹਨਾਂ ਨੇ, ਉਹ ਉਹਦਾ ਕੌਣ ਹੋਣਾ? ਵੀ ਇੱਕ ਵਾਰੀ ਇੱਕ ਬੰਦਾ ਸੀ ਜੀ, ਉਹ ਤਪਿਆ ਪਿਆ, ਉਹਦਾ ਵੀਜ਼ਾ ਨਾ ਲੱਗੇ ਜੀ, ਜਦੋਂ ਵੀ ਜਾਵੇ ਉਹ ਲਾ ਕੇ ਮੋਰ ਠੂੰ ਕਰਕੇ ਤੇ ਵਾਪਸ ਭੇਜ ਦੇਣ, ਰਿਫਿਊਜ਼। ਹਾਂ, ਫੇਰ ਕਰੇ 6 ਮਹੀਨਿਆਂ ਬਾਅਦ ਜੀ, ਫੇਰ ਲਾ ਕੇ ਮੋਰ ਵਾਪਸ। ਅੱਛਾ ਜੀ। ਲਓ ਵੀ ਕਲਪ ਗਿਆ। ਇੱਕ ਵਾਰੀ ਉਹਨੇ ਸੋਚਿਆ ਵੀ ਆਖਰੀ ਵਾਰ ਮੈਂ ਅਪਲਾਈ ਕਰ ਦਿੰਦਾ ਜੀ। ਲਓ ਜੀ ਗਿਆ ਅੰਬੈਸੀ ਦੇ ਵਿੱਚ ਜੀ, ਉਹ ਕਹਿੰਦੇ ਵੀ ਚਲੋ ਇਹਦੀ ਇੰਟਰਵਿਊ ਲੈ ਲਈਏ, ਲਹੂ ਪੀ ਜਾਂਦਾ ਇਹ, ਫੀਸਾਂ ਗਾਲੀ ਜਾਂਦਾ। ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਕਿੰਨੇ ਚਿਰ ਦਾ ਵੀਜ਼ਾ ਚਾਹੀਦਾ ਤੁਹਾਨੂੰ? ਅੱਛਾ ਜੀ। ਕਹਿੰਦਾ ਭਾਵੇਂ 5 ਮਿੰਟਾਂ ਦਾ ਦੇ ਦਿਓ, ਮੈਂ ਕਿਹੜਾ ਆਉਣਾ। ਇਹ ਉਹ ਨਾ ਗੱਲ ਹੋ ਜੇ ਬਿੱਟੂ ਜੀ, ਦੇਖੋ ਤੁਹਾਡਾ ਜੋ ਅਸੀਂ ਸਮਝਦੇ ਹਾਂ
ਮਨ ਦੇ ਵਿੱਚ ਕੀ ਆ ਤੁਹਾਡਾ ਬਲਬਲਾ, ਪਰ ਕਈ ਵਾਰ ਕਈ ਕੁਛ ਹੋ ਜਾਂਦਾ। ਦੇਖੋ ਇਹ ਦੋ ਹੀ ਚੀਜ਼ਾਂ ਨੇ ਨਾ, ਪਹਿਲੀ ਚੀਜ਼ ਤਾਂ ਆਹ ਆਪਾਂ ਦੱਸਦੇ ਵੀ ਭਾਵੇਂ 5 ਮਿੰਟਾਂ ਮਿਲ ਜਾਏ, ਪੰਜਾਬੀ ਕਾਲੇ ਬਹੁਤ ਨੇ ਬਾਹਰ ਜਾਣ ਲਈ, ਹੈ ਨਾ। ਤੇ ਉਸ ਤੋਂ ਬਾਅਦ ਦੂਜੀ ਗੱਲ ਇਹ ਆ ਵੀ ਉਹ 4 ਦਿਨਾਂ ਦੇ ਸੁੱਖ ਦੇ ਲਈ, ਕੀ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਹੈ, ਉਹੀ ਹਾਲ ਨਾ ਹੋਵੇ ਵੀ ਉਹ 4 ਦਿਨਾਂ ਦੇ ਸੁੱਖ ਦੇ ਲਈ ਮੁੜ ਕੇ 5 ਸਾਲ ਜਿਹੜਾ ਲੇਖਾ ਜੋਖਾ ਦੇਣਾ ਪੈਣਾ, ਉਹ ਨਹੀਂ ਕਿਸੇ ਦੇ ਹੱਥ। ਪਰ ਨਾ ਬਿੱਟੂ ਜੀ ਨੇ ਇੱਕ ਕੰਮ ਚੰਗਾ ਵੀ ਕੀਤਾ ਵੀ ਜਿਹੜਾ ਕਾਂਗਰਸੀ ਕੌਂਸਲਰ ਜਿਹਨੇ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਉਹਨੂੰ 11 ਲੱਖ ਰੁਪਇਆ ਦਿੱਤਾ ਇਹ, ਪਰ ਜਿਹੜੇ ਬਾਕੀ ਕੌਂਸਲਰ ਆ ਲੁਧਿਆਣੇ ਦੇ ਉਹਨਾਂ ਦੇ ਵੱਲੋਂ ਹੀ ਪੈਸੇ ਇਕੱਠੇ ਕੀਤੇ ਗਏ ਸੀਗੇ, ਤੇ ਜਿਹੜਾ ਇਹ 11 ਲੱਖ ਰੁਪਇਆ ਹੈਗਾ ਇਹ ਸੰਬੰਧਿਤ ਕੌਂਸਲਰ ਨੇ ਆਪਣੇ ਘਰੇ ਨਹੀਂ ਲਿਜਾਣਾ, ਆਪਣੇ ਵਾਰਡ ਦੇ ਵਿੱਚ ਖਰਚ ਕਰਨਾ। ਇਹ ਗੱਲ ਤੁਹਾਡੀ ਚੰਗੀ ਵੀ ਲੱਗੀ, ਬਿਲਕੁਲ ਇਹ ਬਹੁਤ ਅੱਛੀ ਗੱਲ ਹੈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ, ਪ੍ਰਾਈਮ ਏਸ਼ੀਆ ਟੀਵੀ ਤੇ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਹਰਮਨ ਥਿੰਦ ਸਵਰਨ ਸਿੰਘ ਟੈਣਾ ਦੇ ਨਾਲ, ਤੇ ਅਸੀਂ ਵਕਫੇ ਤੋਂ ਬਾਅਦ ਫਿਰ ਹਾਜ਼ਰ ਹੋ ਗਏ ਹਾਂ, ਪਰ ਮੈਨੂੰ ਤੁਹਾਡੇ ਤੇ ਇੱਕ ਗਿਲਾ ਹੈ। ਵਾਈ? ਓ ਮਾਈ ਗੋਡ, ਕਿਉਂ? ਮੈਂ ਕੱਲ ਗਿਆ ਇੱਕ ਦੁਕਾਨ ਤੇ ਤੇ ਮੈਂ ਉਹਨੂੰ ਕੋਈ ਗੱਲ ਕਹੀ, ਉਹ ਕਹਿੰਦਾ ਵਾਈ? ਓ ਮੈਂ ਕਿਹਾ ਵੀ ਤੂੰ ਦੱਸ ਵੀ ਔਲਾ ਖਾਦਾ? ਮੈਂ ਪੁੱਠਾ ਜਿਹਾ ਕਹਦਾ ਕਿ ਵਾਈ? ਸਿੱਧਾ ਕਹਿੰਦੇ ਵਾਈ, ਕਿਉਂ ਕੀ ਗੱਲ ਬਣੀ? ਜੀ ਮੈਂ ਜੋ ਡਲਹੌਜ਼ੀ ਗਈ ਹਾਂ ਨਾ, ਫਿਰ ਆ ਗਿਆ ਮਾਰ ਕੱਤਿਆ ਤੁਹਾਡੇ ਡਲਹੌਜ਼ੀ ਨੇ ਉੱਥੇ ਨਾ, ਜਿਹੜੇ ਹੀਣ ਭਾਵਨਾ ਦਾ ਸ਼ਿਕਾਰ ਕਰ ਰਹੇ ਹੋ ਤੁਸੀਂ। ਨੋ, ਤੁਸੀਂ ਵੀ ਭਾਵੇਂ ਵਿਆਜੂ ਪੈਸੇ ਫੜ ਕੇ ਜਾਵਾਂਗੇ। ਨਹੀਂ ਨਹੀਂ, ਮੈਂ ਗੱਲ ਦੱਸਦੀ ਤੁਹਾਨੂੰ ਵੀ ਉੱਥੇ ਨਾ ਜਿਹੜੇ ਉਹ ਰੈਬੇ ਉੱਥੇ ਨਾ ਖਰਗੋਸ਼ ਲੈ ਕੇ ਉਹ ਕਹਿੰਦੇ ਨੇ ਵੀ ਤੁਸੀਂ ਫੋਟੋ ਖਿਚਾ ਲਓ ਖਰਗੋਸ਼ ਦੇ ਨਾਲ, ਹੈ ਨਾ। ਕਿਰਾਏ ਤੇ ਹੁੰਦਾ ਖਰਗੋਸ਼ ਕਿ ਉਦਾਂ ਹੀ? ਨਹੀਂ ਨਹੀਂ, ਖਰਗੋਸ਼ ਉਹਨਾਂ ਦੇ ਆਪਣੇ ਪਾਲੇ ਹੁੰਦੇ ਨੇ ਨਾ, ਤੁਸੀਂ 20 ਕਿ 40 ਰੁਪਏ ਦਿਓ ਇੱਕ ਫੋਟੋ ਦੇ, ਖਰਗੋਸ਼ ਹੱਥ 'ਚ ਫੜੋ ਆਪਣੇ ਮੋਬਾਈਲ 'ਤੇ ਫੋਟੋਆਂ ਖਿੱਚ ਲਓ। ਅੱਛਾ ਜੀ, ਕੋਈ ਇਨਵੈਸਟਮੈਂਟ ਨਹੀਂ ਦੇ ਲਓ, ਫਰੀ ਦਾ ਪ੍ਰੋਫਿਟ ਹੈ। ਅਤੇ ਉਹ ਜਦੋਂ ਅਸੀਂ ਉਹਦੇ ਕੋਲ ਗਏ ਤੇ ਉਹ ਭਾਈ ਵੀ ਐਵੇਂ ਕਹਿ ਰਿਹਾ ਸੀ, ਮੈਡਮ ਬੀ ਕੇਅਰਫੁਲ। ਮੈਂ ਉੱਥੇ ਸਮਝ ਗਈ ਵੀ ਇਹਨੂੰ ਵੀ ਅੰਗਰੇਜ਼ੀ ਆਉਂਦੀ ਹੈ। ਅੱਛਾ, ਮੈਂ ਜਿਹੜਾ ਪਹਿਲਾਂ ਮਾੜੇ ਦੱਸੋ ਵੀ ਕਿੰਨੇ ਪੈਸੇ ਲੱਗ ਗਏ ਤੁਹਾਡੇ ਡਲਹੌਜ਼ੀ ਦੇ? ਵਾਵਾ ਹੀ ਲੱਗ ਗਏ। ਕਿੰਨੇ ਕ? ਹੁਣ ਇਹ ਵੀ ਸਾਰਾ ਕੁਝ ਮੈਂ ਇੱਥੇ ਦੱਸ ਦੋ, ਮਾੜਾ ਜਿਹਾ ਦੱਸ ਦੋ। ਦੇਖੋ, ਖਾਣ ਪੀਣ ਪਾ ਕੇ ਸਾਰੇ ਪਰਿਵਾਰ ਦਾ ਤੇ ਹੋਟਲ ਦਾ ਖਰਚਾ ਖੁਚਾ ਪਾ ਕੇ ਕੋਈ 17 ਤੋਂ 20 ਹਜ਼ਾਰ ਰੁਪਇਆ। 17 ਤੋਂ 20 ਹਜ਼ਾਰ ਰੁਪਇਆ? ਔਖਾ, ਕਿਉਂ ਜ਼ਿਆਦਾ? ਕਾਤੇ ਕਾਤੇ ਦਾ ਤਾਂ ਪੰਗਾ ਹੁੰਦਾ ਨਹੀਂ ਉੱਥੇ ਐਕਚੁਅਲੀ। ਅਸਲ ਦੇ ਵਿੱਚ ਇਹ ਜਿਹੜਾ ਸਮਾਂ ਚੱਲ ਰਿਹਾ ਨਾ, ਹੁਣ ਤਾਂ ਇਹ ਹਾਲ ਸੀ ਵੀ ਇੰਨੇ ਕੁ ਜ਼ਿਆਦਾ ਉਹ, ਮੈਂ ਪੁਲਿਸ ਵਾਲੇ ਦੇ ਨਾਲ ਇੱਕ ਨਾਲ ਗੱਲਬਾਤ ਕੀਤੀ, ਉਹ ਮੈਨੂੰ ਕਹਿੰਦਾ ਮੈਡਮ ਸਿਰਫ 500 ਗੱਡੀ ਖੜੀ ਕਰਨ ਦੀ ਜਗ੍ਹਾ ਹੈ ਸਾਡੇ ਕੋਲ ਇੱਥੇ, ਤੇ 2500 ਗੱਡੀ ਆਈ ਹੋਈ, ਕਿੱਥੇ ਲਾਈਏ ਦੱਸੋ, ਹੈ ਨਾ। ਉਹ ਵਿਚਾਰੇ ਇਸ ਗੱਲ ਦਾ ਭਜਦਾ ਕੁਦਰਤੀ ਨਜ਼ਾਰਿਆਂ ਵੱਲ, ਪਰ ਕੁਦਰਤ ਦੇ ਨਾਲ ਕਰਦਾ ਖਿਲਵਾੜ। ਉਹਨਾਂ ਸੂਬਿਆਂ ਨੂੰ ਸਲਾਮ ਆ, ਉਹਨਾਂ ਦੀਆਂ ਸਰਕਾਰਾਂ ਨੂੰ ਵੀ ਅਸੀਂ ਚੰਗਾ ਹੀ ਕਹਿੰਦੇ ਆ, ਭਾਵੇਂ ਕਿ ਉੱਥੋਂ ਦੇ ਲੋਕ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਆ, ਪਰ ਜਿਹੜੀਆਂ ਸਰਕਾਰਾਂ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਪਹਿਲ ਆਰੰਭੀ ਆ, ਤੇ ਉੱਥੇ ਜਾਂਦੇ ਲੋਕ ਭੱਜੇ ਭੱਜੇ। ਨਾਲੇ ਗੱਲ ਇਹ ਆ ਵੀ ਉੱਥੇ ਇੰਨਾ ਕੁ ਜ਼ਿਆਦਾ ਰਸ਼ ਹੈ ਵੀ ਕਈ ਲੋਕ ਤਾਂ ਮੈਨੂੰ ਇਹੋ ਜਿਹੇ ਉੱਥੇ ਮਿਲੇ ਵੀ ਜਿਹੜੇ ਕਹਿੰਦੇ ਵੀ ਅਸੀਂ ਰਾਤ ਦੇ ਇੱਥੇ ਪਹੁੰਚ ਗਏ ਆ, ਕਮਰਾ ਨਹੀਂ ਮਿਲ ਰਿਹਾ, ਤੇ ਉਹ ਅਗਲੇ ਦਿਨ ਦੀ ਸਵੇਰ ਦੇ 12 ਵਜੇ ਤੱਕ ਉਡੀਕ ਕਰ ਰਹੇ ਸੀ ਵੀ ਕੋਈ ਬੰਦਾ ਉੱਥੋਂ ਚੈੱਕਆਊਟ ਕਰੂਗਾ ਤੇ ਫਿਰ ਉਸ ਹੋਟਲ ਦੇ ਵਿੱਚ ਉਹਨਾਂ ਨੂੰ। ਗਿਲਾ ਕਿਹੜੀ ਗੱਲੋਂ ਆ? ਗਿਲਾ ਮੈਨੂੰ ਇਸ ਗੱਲੋਂ ਆ ਵੀ ਤੁਸੀਂ ਕੱਲ ਇੱਕ ਮਰੀਜ਼ ਦੇ ਬਾਰੇ 'ਚ ਮੇਰੇ ਨਾਲ ਗੱਲ ਕੀਤੀ ਸੀ, ਤੇ ਤੁਸੀਂ ਉਹਦਾ ਹਾਲ ਵੀ ਨਹੀਂ ਪਤਾ ਕਰਨ ਗਏ। ਮਰੀਜ਼ ਬਾਰੇ ਕੋਈ ਖਬਰ ਨਹੀਂ ਸੀ ਕੱਲ? ਕਿਉਂ ਨਹੀਂ ਕੀਤੀ? ਮਰੀਜ਼ ਬਾਰੇ ਕਦੋਂ ਕੀਤੀ ਸੀ? ਅਸੀਂ ਦੋਨਾਂ ਨੇ ਉਹਦਾ ਹਾਲ ਪਤਾ ਕਰਨ ਜਾਣਾ, ਮੈਂ ਤੁਹਾਨੂੰ ਦੱਸਾਂ, ਬਹੁਤ ਇੱਕ ਤਗੜਾ ਮੁੱਦਾ ਹੈ ਉਹ, ਗਲਤ ਗੱਲ ਹੈ ਪ੍ਰੋਗਰਾਮ 'ਚ ਗੱਲ ਕਰਕੇ ਤੇ ਤੁਸੀਂ ਕਹਿੰਦੇ ਹੋ ਵੀ ਕਿਹੜਾ ਮਰੀਜ਼, ਕੌਣ ਸੀ, ਕਿੱਦਾਂ ਸੀ, ਕੌਣ ਹੋਇਆ ਹੈ? ਜਿਹਦਾ ਐਕਸਰੇ ਹੋਣਾ ਸੀ ਉਹ ਤਾਂ ਕਬੂਤਰ ਸੀ। ਹਾਂ, ਤੇ ਮਰੀਜ਼ ਹੀ ਹੋਇਆ ਉਹ? ਉਹ ਮਰੀਜ਼ ਕਿਵੇਂ ਹੋ ਗਿਆ? ਉਹ ਤਾਂ ਤਸਕਰ ਸੀ। ਐਵੇਂ ਤਸਕਰ ਸੀ? ਉਹ ਤਾਂ ਵਿਚਾਰੇ ਦੇ ਜੋ ਹਾਲਾਤ ਕੀਤੇ ਇਹਨਾਂ ਨੇ ਗਰਮੀ ਦੇ ਵਿੱਚ ਪਿੰਜਰੇ 'ਚ ਬੰਦ ਕਰਕੇ ਉਹਦੇ ਦੁਆਲੇ ਪੁਲਿਸ ਲਾਈ ਹੋਈ ਸੀ। ਲਓ ਜੀ, ਮੈਂ ਦੱਸਦਾ ਵਿੱਚੋਂ ਗੱਲ ਕੀ ਆ, ਅਜਨਾਲੇ ਦੇ ਵੱਲ ਜੀ BSF ਦੇ ਜਵਾਨਾਂ ਦੇ ਵੱਲੋਂ ਇੱਕ ਕਬੂਤਰ ਫੜਿਆ ਗਿਆ ਜੀ, ਸ਼ੱਕੀ ਹਾਲਾਤ ਦੇ ਵਿੱਚ। ਉਹ ਫੜ ਕੇ ਕਰਤਾ ਪੁਲਿਸ ਦੇ ਹਵਾਲੇ, ਪੁਲਿਸ ਨੇ ਬੰਦ ਕਰਤਾ ਪਿੰਜਰੇ ਦੇ ਵਿੱਚ, ਬੰਦੂਕ ਦੇ ਕੇ, ਤੇ ਇੱਕ ਪੁਲਿਸ ਵਾਲਾ ਕੋਲੇ ਖੜਾ ਕਰਤਾ ਵੀ ਰਾਖੀ ਕਰਨੀ ਆ, ਉੱਡ ਨਾ ਜਾਵੇ, ਤੇ ਜੇ ਇਹ ਉੱਡ ਗਿਆ ਤਾਂ ਪਤਾ ਨਹੀਂ ਕੌਣ ਕੌਣ ਉੱਡਣਾ। ਤੇ ਫਿਰ ਉਹਦਾ ਕਰਾਉਣਾ ਸੀ ਐਕਸਰੇ ਵੀ ਕਿਤੇ ਇਹਦੇ ਢਿੱਡ ਦੇ ਵਿੱਚ ਤਾਂ ਨਹੀਂ ਕੁਛ ਲੁਕੋਇਆ, ਤੇ ਹੁਣ ਐਕਸਰੇ ਹੋ ਗਿਆ, ਕਿਤੇ ਕੋਈ ਕੈਮਰਾ ਕੁਮਰਾ ਤਾਂ ਨਹੀਂ ਲਾ ਕੇ ਪਾਕਿਸਤਾਨ ਨੇ ਭੇਜਿਆ ਜੀ? ਉਹ ਜੀ ਐਤਵਾਰ ਦੀ ਛੁੱਟੀ ਆ ਗਈ, ਉਹਦੇ ਹੋਇਆ ਨਹੀਂ ਜੀ, ਸੋਮਵਾਰ ਬੱਤੀ ਹੈ ਨਹੀਂ ਸੀ ਜੀ, ਅੱਧਾ ਦਿਨ। ਅੱਛਾ, ਇਸ ਕਰਕੇ ਉੱਥੇ ਪੁਲਿਸ ਵਾਲਾ ਮੋਟਰਸਾਈਕਲ ਦੇ ਉੱਤੇ ਇੱਕ ਹੋਰ ਸਾਥੀ ਨੂੰ ਬਿਠਾ ਕੇ ਪਹੁੰਚ ਗਿਆ ਹਸਪਤਾਲ ਜੀ, 1.5-2 ਘੰਟਾ ਬੱਤੀ ਨਾ ਆਈ ਜੀ, ਫਿਰ ਉਹਦਾ ਐਕਸਰੇ ਕਰਵਾਇਆ, ਉਹਦੇ ਅੰਦਰ ਤਾਂ ਕੁਛ ਵੀ ਨਹੀਂ, ਉਹਦੇ ਹੱਡੀਆਂ, ਇਹਦੇ ਅੰਦਰ ਮਾਸ ਆ, ਹੋਰ ਵੀ ਕਈ ਸਮਾਨ ਹੈਗਾ, ਪਰ ਇਹਦੇ ਵਿੱਚ ਕੋਈ ਕੈਮਰਾ ਕੁਮਰਾ ਹੈ ਨਹੀਂਗਾ। ਹੁਣ ਫਿਰ ਕੱਲ ਵਾਲੀ ਗੱਲ ਹੋ ਗਈ ਨਾ, ਕਿਹੜੀ ਮਾਫੀ ਮੰਗਣੀ ਚਾਹੀਦੀ ਹੈ ਕਬੂਤਰ ਤੋਂ? ਮੰਗੋ ਮਾਫੀ, ਤੇ ਜੇਕਰ ਕਿਤੇ ਕਬੂਤਰ ਨੂੰ ਅਕਲ ਹੁੰਦੀ, ਸਮਝ ਹੁੰਦੀ, ਉਹ ਇਦਾਂ ਨਾ ਹੁੰਦਾ, ਪੰਛੀ ਨਾ ਹੁੰਦਾ, ਉਹਨੇ ਮਾਣਹਾਨੀ ਦਾ ਕੇਸ ਕਰਨਾ ਸੀ। ਕਹਿਣ ਲੱਗੀ ਸੀ ਮਾਣਹਾਨੀ ਦਾ ਕੇਸ ਕਰਨਾ ਸੀ, ਉਹਨੇ ਫੇਰ ਇਹਨਾਂ ਨੂੰ ਲੱਗ ਜਾਣਾ ਸੀ ਪਤਾ, ਫਿਰ ਜਿਹਦੇ ਅੰਦਰ ਹੁੰਦੀ ਵੀ ਤੇ ਉਹ ਤਾਂ ਆਪਦੇ ਇਲਾਕੇ ਦੇ ਵਿੱਚ ਬਦਨਾਮ ਹੋ ਗਿਆ।
ਦੇ ਭਾਈ ਇਹ ਗਵਾਂਢੀ ਦੇਸ਼ ਦੀਆਂ ਖਬਰਾਂ ਲੈ ਲੈ ਕੇ ਆਉਂਦਾ, ਇਹ ਤਾਂ ਤਸਕਰੀ ਕਰਦਾ। ਭਾਈਚਾਰੇ ਵਾਲਿਆਂ ਨੇ ਕਿੰਨੀਆਂ ਟਿੱਚਰਾਂ ਕਰਨੀਆਂ, ਟਿੱਚਰਾਂ ਉਹਨੂੰ ਜਾਣ ਨਹੀਂ ਦੇਣਾ ਸੀਗਾ, ਜਾਣਾ ਦੁੱਬਰ ਕਰ ਦੇਣਾ ਸੀ, ਵੋਟੀ ਛੱਡ ਕੇ ਚਲੀ ਜਾਂਦੀ, ਬੱਚਿਆਂ ਨੇ ਅੱਖ ਚੱਕ ਕੇ ਨਹੀਂ ਦੇਖ ਸਕਣਾ ਸੀ ਸਾਰੀ ਉਮਰ ਉਹਨਾਂ ਨੂੰ ਸਕੂਲ। ਤਾਂ ਘੁੱਗੀਆਂ ਗਟਾਰਾਂ ਨੇ ਕਿੰਨਾ ਕੁਛ ਕਹਿਣਾ ਸੀ ਉਹਨੂੰ। ਬਿਲਕੁਲ, ਵੈਸੇ ਇਹ ਮਾੜੀ ਗੱਲ ਹੈ, ਇੰਨਾ ਸ਼ੱਕੀ ਕਬੂਤਰ ਆ ਜਿਹੜਾ ਉਹ ਬਾ ਇੱਜ਼ਤ ਵਰੀ ਹੋ ਗਿਆ, ਕਬੂਤਰ ਦੇ ਵਿੱਚੋਂ ਕੁਛ ਨਹੀਂ ਨਿਕਲਿਆ, ਵੈਸੇ ਜੋ ਕੁਛ ਨਿਕਲਿਆ ਉਹ ਪਿੰਜਰੇ ਦੇ ਵਿੱਚ ਹੀ ਆ, ਤੇ ਆਹ ਗੱਲ ਆ ਬੈਠਾ। ਆਏ ਹਾਏ, ਕੋਈ ਰੋਕ ਲਓ ਏ ਇਹਨਾਂ ਨੂੰ ਗਰਮੀ ਨੂੰ। ਨਹੀਂ, ਮੈਂ ਬਾਹਲੀ ਤੰਗ ਆ। ਕੀ ਤੂੰ, ਮੈਂ ਕੀ, ਵੈਸੇ ਭਾਰਤ ਵਾਸੀ ਵੀ ਕਿਤੇ ਨਾ ਕਿਤੇ ਤੰਗ ਹੀ ਨੇ, ਯਮ ਖੋਲੜਾਈ ਜਾਂਦੇ ਨੇ। ਕਦੀ ਕਹਿੰਦੇ ਜੀਨ, ਕਦੀ ਕਹਿੰਦੇ ਚੱਪਲਾਂ, ਕਦੀ ਕਹਿੰਦੇ ਐਪ, ਕਦੀ ਕਹਿੰਦੇ ਘਿਓ, ਕਦੀ ਕਹਿੰਦੇ ਮੈਗੀ, ਕਦੀ ਕਹਿੰਦੇ ਜਹਾਜ਼, ਕਦੀ ਕਹਿੰਦੇ ਸਕੂਟਰ, ਹੋਰ ਕੀ ਹੈ। ਆਰਾਮਦੇਵ ਬਾਬਾ, ਹਾਂ, ਢਿੱਡ ਘੁਮਾ ਕੇ ਲੋਕਾਂ ਨੂੰ ਐਸਾ ਚੱਕਰਾਂ ਚ ਪਾਇਆ, ਹੁਣ ਤਾਂ ਕਹਿੰਦੇ ਵਟਸਐਪ ਨੂੰ ਟੱਕਰ ਦੇਣ ਦੀਆਂ ਤਿਆਰੀਆਂ। ਮੈਂ ਹੋਰ ਦੱਸਦਾ, ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਆਰਾਮਦੇਵ ਕੋਲੇ ਗਿਆ, ਕਹਿੰਦਾ ਜੀ ਕਾਲਾ ਧਨ ਕਦੋਂ ਆਊਗਾ, ਕਹਿੰਦਾ ਕਪਾਲ ਭਾਤੀ ਕਰਿਆ ਕਰੋ। ਕਪਾਲ ਭਾਤੀ ਤੇਰਾ ਸਾਉਤੇ ਥੱਲੇ ਮੇਰਾ। ਉਹ ਕਹਿੰਦਾ ਵੀ ਕਾਲੇ ਧਨ ਬਾਰੇ ਦੱਸੋ, ਕਹਿੰਦਾ ਕਪਾਲ ਭਾਤੀ ਕਰਿਆ ਕਰੋ। ਕਹਿੰਦਾ ਮੈਂ ਤੁਹਾਨੂੰ ਪੁੱਛਦਾ ਵੀ ਕਾਲੇ ਧਨ ਬਾਰੇ, ਤੁਸੀਂ ਹੋਰ ਹੀ ਕੁਛ ਦੱਸਦੇ ਆ। ਕਹਿੰਦਾ ਕਪਾਲ ਭਾਤੀ ਵੱਲ ਧਿਆਨ ਲਾਇਆ ਕਰੋ, ਇਹੋ ਜਿਹੇ ਖਿਆਲ ਹੀ ਨਹੀਂ ਆਉਂਦੇ। ਪਰ ਹੁਣ ਦੇਖੋ, ਕਹਿੰਦੇ ਵਟਸਐਪ ਨੂੰ ਟੱਕਰ ਦੇਣੀ ਸਿੱਧੀ ਵਾਲੀ। ਅੱਛਾ, ਕਿੰਬੋ ਪਤੰਜਲੀ, ਪਤੰਜਲੀ ਵਟਸਐਪ ਤਾਂ ਨਹੀਂ ਕਿਤੇ, ਕਿੰਬੋ। ਅੱਛਾ, ਇਹ ਇੱਕ ਨਵੀਂ ਮੈਸੇਂਜਰ, ਇਹ ਸਵਦੇਸ਼ੀ ਕਿੰਬੋ ਆ। ਸਵਦੇਸ਼ੀ ਕਿੰਬੋ ਆ, ਇਹਦੇ ਨਾਲ ਤੁਸੀਂ ਸਵਦੇਸ਼ ਦੇ ਵਿੱਚ ਰਹਿ ਕੇ ਸਵਦੇਸ਼ੀ ਐਪ ਵਰਤ ਕੇ ਸਵਦੇਸ਼ੀ ਸੁਨੇਹੇ ਇੱਕ ਦੂਜੇ ਤਾਈਂ ਪਹੁੰਚਾ ਸਕਦੇ। ਮੈਨੂੰ ਤਾਂ ਹੋਰ ਪਤਾ ਲੱਗਾ ਵੀ ਸਵਦੇਸ਼ੀ 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 ਕਰਦੇ ਆ। ਕਹਿੰਦੇ ਵੀ ਜੂਸ ਕੱਢਣ ਵਾਲੀਆਂ ਕਈ ਮਸ਼ੀਨਾਂ ਬਾਹਰੋਂ ਲਿਆਂਦੀਆਂ ਚੀਨ ਦੇ ਵੱਲੋਂ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਆਸ਼ਰਮ 'ਚ ਜਿਹੜੀਆਂ ਲਾਈਟਾਂ ਲੱਗੀਆਂ ਉਹ ਸਾਰੀਆਂ ਬਾਹਰਲੀਆਂ ਨੇ। ਹੋ ਸਕਦਾ, ਪਰ ਇੱਕ ਨਾ ਬੀਬੀ ਆ, ਉਹਦੀ ਨਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਬੜੀ ਵਾਇਰਲ ਹੋਈ। ਜੀ ਜੀ ਜੀ, ਉਹ ਬਾਬੇ ਦਾ ਵਾਜਾ ਹੀ ਵਜਾ ਗਈ। ਕਿਹੜੀ ਗੱਲ? ਉਹਨੇ ਬਾਬੇ ਦੇ ਪੋਤੜੇ ਹੀ ਫੋਲਤੇ। ਉਹ ਕਹਿੰਦੀ ਵੀ ਜਿਵੇਂ ਗੁਰਮੀਤ ਰਾਮ ਰਹੀਮ ਦੀ ਹਨੀਪ੍ਰੀਤਾ ਜੀ ਪਾਪਾ ਦੀ ਪਰੀ, ਉਹ ਉਵੇਂ ਕਈ ਹਨੀਪ੍ਰੀਤਾਂ ਇਹਦੀਆਂ ਵੀ ਆ। ਕਹਿੰਦੀ ਵੀ ਮੈਂ ਇਹਦੇ ਪਤੰਜਲੀ ਵਾਲੇ ਕਾਰਖਾਨੇ 'ਚ ਕੰਮ ਕਰਦੀ ਰਹੀ ਹਾਂ, ਉੱਥੇ ਮੈਂ ਜੋ ਜੋ ਦੇਖਿਆ। ਉਹਨੇ ਦੋਸ਼ ਇਹ ਵੀ ਲਾਇਆ ਵੀ ਰਾਮਦੇਵ ਦੇ ਵੱਲੋਂ ਆਪਣੇ ਗੁਰੂ ਦੀ ਹੱਤਿਆ ਕੀਤੀ ਗਈ। ਉਹਨੇ ਇਹ ਵੀ ਦੋਸ਼ ਲਾਇਆ, ਮੈਂ ਪ੍ਰਧਾਨ ਮੰਤਰੀ ਨੂੰ 44 ਸਫ਼ਿਆਂ ਦੀ ਚਿੱਠੀ ਲਿਖੀ ਪਰ ਕੋਈ ਕਾਰਵਾਈ ਨਹੀਂ ਹੋਈ। ਉਹਨੇ ਇਹ ਵੀ ਦੋਸ਼ ਲਾਇਆ ਵੀ ਇਹ ਚੀਜ਼ਾਂ ਕਿਤੋਂ ਆਲੇ ਦੁਆਲੇ ਇਕੱਠੀਆਂ ਕਰਕੇ ਠੱਪਾ ਆਪਣਾ ਕਿਵੇਂ ਲਾਉਂਦੇ ਆ। ਉਹ ਕਹਿੰਦੀ ਵੀ ਇਹਦੇ ਕੋਲੇ ਇਹੋ ਜਿਹਾ ਕਿਹੜਾ ਜਾਦੂ ਮੰਤਰ ਆ ਗਿਆ ਵੀ ਦੁਨੀਆਂ ਦੀ ਸਾਰੀ ਚੀਜ਼ ਹੀ ਬਣਾਈ ਜਾਂਦਾ। ਦੇਖੋ, ਗੱਲ ਫੇਰ ਉੱਥੇ ਹੀ ਆ ਗਈ, ਜਦੋਂ ਕੋਈ ਪੱਕਾ ਯਾਰ ਹੋਵੇ ਤਾਂ ਫਿਰ ਉਹ ਸਾਰੇ ਕੰਮ ਸਵਾਰ ਦਿੰਦਾ ਹੁੰਦਾ। ਹਾਂ, ਇਹ ਤੁਸੀਂ ਥੋੜਾ ਉਹ ਕਹਿੰਦੀ ਮੈਂ 44 ਸਫ਼ਿਆਂ ਦੀ ਚਿੱਠੀ ਲਿਖੀ ਆ ਵੀ ਭਲੀਏ ਮਾਨਸੇ ਜਿਹਨੂੰ ਚਿੱਠੀ ਲਿਖੀ ਉਹ ਤਾਂ ਆਪ ਪੈਰੀ ਥਲਾਉਂਦਾ, ਉਹ ਤਾਂ ਆਪ ਉਹਨੂੰ ਪੜ ਪੜ ਸੁਣਾਉਂਦਾ ਹੋਣਾ ਵੀ ਆਹ ਕੁਝ ਕਹਿੰਦੀ ਹੈ। ਸਹੀ ਗੱਲ, ਆਹ ਦੇਖ ਲਿਓ ਕਿਵੇਂ ਕਰਨਾ। ਉਹ ਕਹਿੰਦਾ ਉਹ ਦੰਤ ਕਾਂਤੀ ਭੇਜਦੇ ਆਪਾਂ ਕੱਲ ਨੂੰ। ਬਿਲਕੁਲ ਸਹੀ ਹੈ, ਨਹੀਂ ਤਾਂ ਕੱਜਲ ਭੇਜਦੇ, ਅੱਖਾਂ ਥੋੜੀਆਂ ਹੋਰ ਸਾਫ਼ ਹੋਣਗੀਆਂ। ਹਾਂ, ਅੱਛਾ, ਨਹੀਂ ਪਰ ਹੁਣ ਕਿੰਬੋ, ਅੱਛਾ, ਕਹਿੰਦੇ ਕਿ ਉਹਨਾਂ ਨੇ ਟੈਸਟਿੰਗ ਦੇ ਲਈ ਨਾ ਇਹ ਮੈਸੇਜਿੰਗ ਐਪ ਜਿਹੜੀ ਆ ਉਹ ਬਣਾਈ ਹੈ, ਤੇ ਟੈਸਟਿੰਗ ਦੇ ਲਈ ਇਹਨੂੰ ਥੋੜੀ ਦੇਰ ਦੇ ਲਈ ਪਲੇ ਸਟੋਰ ਦੇ ਉੱਪਰ ਪਾਇਆ ਸੀ, ਜਿਸ ਤੋਂ ਬਾਅਦ 3 ਲੱਖ ਤੋਂ ਵੀ ਉੱਤੇ ਡਾਊਨਲੋਡਸ ਹੋ ਗਏ। ਅੱਛਾ, ਤੇ ਹੁਣ ਜਲਦੀ ਹੋਈ ਇਹਨੂੰ ਲਾਂਚ ਕਰ ਦੇਣਾ। ਕਿੰਬੋ ਕਿੰਬੋ ਕੀ ਕਰੂਗੀ? ਜਿਵੇਂ ਵਟਸਐਪ ਆ, ਉਵੇਂ ਇੱਕ ਦੂਜੇ ਨੂੰ ਸੁਨੇਹੇ ਭੇਜੋ ਕਿੰਬੋ ਤੇ। ਵਾਹ, ਬਾਬਾ ਜੀ ਕਹਿੰਦੇ ਮੈਂ ਕਿਸੇ ਮਾਮਲੇ 'ਚ ਪਿੱਛੇ ਨਹੀਂ ਹਟਦਾ। ਦੁਨੀਆ ਦਾ ਕੰਮ ਛੱਡ ਦਿਓ, ਸਾਡੇ ਜੋਗਾ ਛੱਡ ਦਿਓ, ਮਾੜਾ ਮੋਟਾ ਇਨਸਾਨੀਅਤ ਦੇ ਨਾਂ ਦੇ ਉੱਤੇ ਛੱਡ ਦਿਓ। ਬਿਲਕੁਲ ਠੀਕ। ਫਿਰ ਇੱਕ ਗੱਲ ਹੋਰ ਕਹੂਗਾ ਜੀ ਵੀ ਭਾਈ ਮੇਰਾ ਕਸੂਰ ਹੀ ਕੋਈ ਨਹੀਂ, ਮੈਂ ਤਾਂ ਕਦੇ ਪੈਸੇ ਦਾ ਲਾਲਚ ਹੀ ਨਹੀਂ ਕੀਤਾ, ਮੈਂ ਤਾਂ ਰਹਿਣਾ ਹੀ ਨੰਗਾ ਆ ਧੋਤੀ ਬੰਨ ਕੇ ਰਹਿਣਾ, ਤੇ ਮੇਰੇ ਵਿੱਚ ਕੋਈ ਲਾਲਚ ਹੈ ਹੀ ਨੀਗਾ। ਤੇ ਫਿਰ ਸਾਰੀਆਂ ਕੰਪਨੀਆਂ ਬੰਦ ਕਰਕੇ, ਫਿਰ ਕਹੂਗਾ ਬਾਲਕ੍ਰਿਸ਼ਨ ਜਿਹੜਾ ਉਹਦੇ ਕੋਲੇ ਜਿਹੜੇ ਸ਼ੇਅਰ ਸੀਗੇ ਜੀ, ਉਹਨੇ ਵੀ ਗਾਂ ਇੱਕ ਸਮਾਜ ਸੇਵੀ ਸੰਸਥਾ ਨੂੰ ਦਿੱਤੇ ਹੋਏ ਆ। ਨਾ ਸਾਡੇ ਕੋਲੇ ਚਾਰਟਰਡ ਪਲੇਨ ਆ, ਨਾ ਮੇਰੇ ਕੋਲੇ ਲੰਮੀ ਗੱਡੀ ਆ, ਉਹ ਇੱਕ ਟੀਵੀ ਚੈਨਲ ਵਾਲੇ ਆ, ਉਹ 3rd degree ਨਾਂ ਦਾ ਪ੍ਰੋਗਰਾਮ ਕਰਦੇ 3 ਜਣੇ ਬਹਿ ਕੇ। ਉਹਨਾਂ ਨੇ ਪੁੱਛਿਆ ਬਾਬਾ ਰਾਮਦੇਵ ਨੂੰ ਤਿੱਖੇ ਸਵਾਲ, ਤੇ ਅੱਗੋਂ ਬਾਬਾ ਰਾਮਦੇਵ ਪੈ ਗਿਆ। ਬਾਬਾ ਰਾਮਦੇਵ ਤਾਂ ਭਾਈ ਬਬਲਗਮ ਵਾਂਗੂ ਵੱਧਦਾ ਹੀ ਜਾਵੇ, ਚਿੰਗਮ ਵਾਂਗੂ। ਉਹ ਕਹਿੰਦੇ ਵੀ ਇਹ ਦੱਸੋ ਵੀ ਤੁਹਾਡੀ ਜਿਹੜੀ ਕੰਪਨੀ ਆ ਪਤੰਜਲੀ, ਇਹਦਾ ਕਿੰਨੇ 100 crore ਰੁਪਏ ਦਾ ਟੈਕਸ ਬਣਦਾ ਸਾਲਾਨਾ, ਪਰ ਤੁਸੀਂ ਟੈਕਸ ਬਚਾਉਣ ਦੇ ਲਈ ਟਰਸਟ ਬਣਾ ਲਿਆ, ਤੇ ਜੇਕਰ ਵੱਡੀਆਂ ਕੰਪਨੀਆਂ ਇਉਂ ਟਰਸਟ ਬਣਾਉਣ ਲੱਗ ਪਈਆਂ ਤਾਂ ਫਿਰ ਦੇਸ਼ ਕਿਵੇਂ ਚੱਲੂ? ਤੇ ਬਾਬਾ ਰਾਮਦੇਵ ਤਾਂ ਪੈ ਗਿਆ ਟੁੱਟ ਕੇ, ਆਪ ਮੇਰੇ ਪਰ ਐਸੇ ਇਲਜ਼ਾਮ ਨਹੀਂ ਲਗਾ ਸਕਦੇ, ਆਪ ਸਹੀ ਤਰੀਕੇ ਸੇ ਬੋਲੋ, ਮੈਨੇ ਕੋਈ ਲੰਬੀ ਗੱਡੀ ਨਹੀਂ ਲਈ, ਮੈਂ ਤਾਂ ਛੋਟੀ ਸੀ ਗਾੜੀ ਮੈਂ ਆਇਆ ਹੂੰ, ਆਪਕੋ ਸਹੀ ਬੋਲਣਾ ਚਾਹੀਏ। ਬਾਬਾ ਰਾਮਦੇਵ ਚੋਪੀ ਨਾ ਕਰੇ, ਕਹਿੰਦੇ ਆ ਵੀ ਬਾਅਦ ਦੇ ਵਿੱਚ ਜਿਹੜਾ ਸੀਨੀਅਰ ਪੱਤਰਕਾਰ ਗੱਲਬਾਤ ਪੁੱਛਦਾ ਸੀ ਨਾ, ਉਹਨੂੰ ਚੈਨਲ ਵਾਲਿਆਂ ਨੇ ਕੱਢਤਾ, ਕਹਿੰਦੇ ਕਿਉਂਕਿ ਐਡਾ ਉਡਾਂ ਜਿਹੀਆਂ ਇਸ਼ਤਿਹਾਰ ਤਾਂ ਕਹਿੰਦੇ ਉਸ ਚੈਨਲ ਤੇ ਵੀ ਚੱਲਦੇ ਆ ਨਾ ਬਾਬੇ ਦੇ, ਪੱਤਰਕਾਰਤਾ ਬਹੁਤ ਔਖੀ ਹੋ। ਬਿਲਕੁਲ ਸਹੀ ਗੱਲ ਆ, ਇਹ ਪੱਤਰਕਾਰਤਾ ਨਾ ਜਿਹੜੀ ਇਹ ਕੰਡਿਆਂ ਦੇ ਉੱਤੇ, ਮੇਖਾਂ ਦੇ ਉੱਤੇ, ਤਲਵਾਰ ਦੀ ਧਾਰ ਦੇ ਉੱਤੇ ਤੁਰਨ ਵਾਲੀ ਗੱਲ ਆ, ਇਹ ਫੁੱਲਾਂ ਦੀ ਸੇਜ ਹੈ ਨਹੀਂ, ਫੁੱਲਾਂ ਦੀ ਸੇਜ ਨਹੀਂ ਆ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।
ਆ ਬਾਬਿਆਂ ਨੇ ਐਸਾ ਚੱਕਰਾਂ ਚ ਪਾਇਆ, ਅਖੌਤੀਆਂ ਨੇ, ਅਖੌਤੀ ਇਹ ਜਿਹੜੇ ਇਨਵਰਟਿਡ ਕੌਮਾਸ ਚ ਬਾਬਾ ਵਰਡ, ਪੁੱਠੇ ਸਿੱਧੇ ਕੌਮਿਆਂ, ਪੁੱਠੇ ਸਿੱਧੇ ਕੌਮਿਆਂ ਦੇ ਵਿੱਚ ਇਹ ਬਾਬਾ ਮੈਂ ਕਿਹਾ, ਐਸਾ ਚੱਕਰਾਂ ਦੇ ਵਿੱਚ ਪਾਇਆ, ਆਏ ਦਿਨ ਇੱਕ ਅੱਧਾ ਨਵਾਂ ਆ ਹੀ ਜਾਂਦਾ ਸਾਹਮਣੇ। ਅੱਗੇ ਕਹਿੰਦੇ ਹੁੰਦੇ ਸੀ ਬਾਬਾ ਨਾ ਜਿਹੜਾ ਉਹ ਇੱਟ ਪੁੱਟਿਆ ਨਿਕਲਿਆ ਹੁੰਦਾ, ਹੁਣ ਇੱਕ ਇੱਕ ਇੱਟ ਦੇ ਉੱਤੇ 25-25 ਠਾਈ ਠਾਈ ਬੈਠੇ ਆ, ਬਿਲਕੁਲ ਠੀਕ ਹੈ, ਹਨੇਰੇ 'ਚ ਜਿੱਧਰ ਮਰਜ਼ੀ ਇੱਟ ਮਾਰੋ, ਜਾਂ ਉਹ ਕਿਸੇ ਕਲਾਕਾਰ ਦੇ ਵੱਜਦੀ ਜਾਂ ਬਾਬੇ ਦੇ ਵੱਜਦੀ ਆ। ਪਿਛੋਕੜ ਵੀ ਇੱਕੋ ਜਿਹਾ ਹੁੰਦਾ, ਕੰਮ ਵੀ ਇੱਕੋ ਜਿਹੇ ਕਰਨੇ ਹੁੰਦੇ ਆ। ਆ ਜਿਹੜਾ ਹੁਣ ਇੱਕ ਦਾਤੀ ਮਹਾਰਾਜ, ਹਾਂਜੀ ਮਹਾਰਾਜ ਆਪੇ ਹੀ ਲਾ ਲੈਂਦੇ ਆ, ਆਪ ਹੀ ਬਣ ਜਾਂਦੇ, ਆਪੇ ਬਣੇ ਮਹਾਰਾਜ, ਆਪੇ ਮੈਂ ਬੁੱਢ ਸੁਹਾਗਣ, ਆਪੇ ਮੇਰੇ ਬੱਚੇ ਜੀਣ, ਇਹ ਦਾਤੀ ਮਹਾਰਾਜ ਆ ਨਾ ਜਿਹੜਾ, ਇਹਦੇ ਉੱਤੇ ਇੱਕ 25-26 ਵਰਿਆਂ ਦੀ ਇਹਦੀ ਚੇਲੀ ਆ, ਉਹਨੇ ਦੋਸ਼ ਲਾਏ ਆ ਵੀ ਮੇਰੇ ਨਾਲ ਇਹਨੇ 2 ਵਰੇ ਪਹਿਲਾਂ 2-3 ਵਾਰ ਜਬਰ ਜਨਾਹ ਕੀਤਾ, ਮੇਰਾ ਸਰੀਰਕ ਸ਼ੋਸ਼ਣ ਕੀਤਾ, ਤੇ ਇਹ ਜਿਹੜਾ ਦਾਤੀ ਮਹਾਰਾਜ ਆ ਨਾ ਇਹ ਤੜਕੇ ਤੜਕੇ ਟੀਵੀ ਚੈਨਲਾਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਕਦੇ, ਇਹ ਰਾਸ਼ਟਰੀ ਖਬਰੀ ਚੈਨਲਾਂ ਦੇ ਉੱਤੇ ਉਹ ਯਕੜਬਾਹ ਮਾਰਦਾ। ਸੱਚੀ ਅਗਰ ਆਪਨੇ ਆਜ ਹਰੇ ਰੰਗ ਦਾ ਕੱਪੜਾ ਪਹਿਨਾ ਹੈ ਤੋ ਆਪਕੇ ਪਾਸ ਕੋਈ ਵੀ ਮੁਸ਼ਕਲ ਨਹੀਂ ਆ ਸਕਤੀ, ਅਗਰ ਆਪਨੇ ਆਜ ਵਾਈਟ ਕਲਰ ਕਾ ਕਪੜਾ ਪਹਿਨਾ ਹੈ ਤੋ ਮੁਸ਼ਕਲੇ ਆਪਕਾ ਦਵਾਰ ਰੋਕ ਲੇਂਗੀ, ਅਗਰ ਆਪਨੇ ਯੇ ਨਗ ਪਹਿਨਾ ਹੈ ਤੋ ਕੋਈ ਸਮੱਸਿਆ ਨਹੀਂ ਹੈ, ਸਾਰੀ ਦੁਨੀਆਂ ਨੂੰ ਭਵਿੱਖ ਦੱਸਣ ਵਾਲਾ ਆਪ ਕਸੂਤਾ ਫਸ ਜੂਗਾ, ਇਹਦੇ ਬਾਰੇ ਪਤਾ ਨਹੀਂ ਸੀ, ਹੁਣ ਆਪ ਕਿਹੜੇ ਰੰਗ ਦੇ ਕੱਪੜੇ ਪਾ ਪਾ ਕੇ ਬਚੂਗਾ, ਇਹ ਵੀ ਕੋਈ ਟੀਵੀ ਚੈਨਲ ਵਾਲਾ ਪੁੱਛੇ, ਇੰਨਾ ਡਰਾਉਂਦਾ ਮੱਥੇ ਤੇ ਲੇਪ ਜਾ ਲਾ ਲੈਂਦਾ ਇਹ ਕਰਕੇ ਤੇ ਫਿਰ ਛਾਪਾਂ ਛੱਲਿਆਂ ਦੇ ਨਾਲ ਭਰਿਆ ਜਿਵੇਂ ਪੱਪੀ ਲਹਿਰੀ ਦਾ ਭਰਾ ਹੁੰਦਾ, ਠੀਕ ਆ, ਇੱਥੇ ਮੌਲੀਆਂ ਮੂਲੀਆਂ ਜਿਹੀਆਂ ਮਾਲਾ ਬੰਨ ਕੇ ਤੇ ਐਸੇ ਪਖੰਡ ਕਰਦੇ ਇਹ ਲੋਕ, ਇਹਦੇ ਕਹਿੰਦੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਹੈਗੇ ਆ, 2-3 ਵੱਡੇ ਇਹਦੇ ਆਸ਼ਰਮ ਹੈਗੇ, ਇੱਕ ਦਿੱਲੀ ਦੇ ਵਿੱਚ ਆ ਤੇ ਇੱਕ ਰਾਜਸਥਾਨ ਦੇ ਵੱਲ। ਅਸੀਂ ਪਤਾ ਨਹੀਂ ਇੰਨੀ ਕੁ ਜ਼ਿਆਦਾ ਆਸਥਾ ਦੇ ਵਿੱਚ, ਇੰਨੀ ਆਸਥਾ ਦੇ ਵਿੱਚ ਗੜੁੱਚ ਹੋ ਗਏ ਹਾਂ ਵੀ ਸਾਨੂੰ ਸਹੀ ਗਲਤ ਦਾ ਫਰਕ ਹੀ ਜਿਹੜਾ ਮਹਿਸੂਸ ਹੋਣਾ, ਮੈਨੂੰ ਕਦੇ ਕਦੇ ਇਹ ਲੱਗਦਾ ਵੀ ਭਾਈਚਾਰੇ ਦਾ ਮਾਣ ਹੀ ਰੱਖਦੇ ਆ, ਮਤਲਬ ਆਸਾ ਰਾਮ, ਗੁਰਮੀਤ ਰਾਮ ਰਹੀਮ, ਨਿਤਿਆਨੰਦ, ਚਿਨਮਿਆਨੰਦ, ਇੱਕ ਉਹਦਾ ਮੁੰਡਾ ਆਸਾ ਰਾਮ ਦਾ, ਰਾਧੇ ਕਿਹੜੀ ਘੱਟ ਹੈ ਜਿਹਨੂੰ ਮਾਂ ਕਹਿੰਦੇ ਆ ਲੋਕੀ, ਹਾਂ ਹਾਲਾਤ ਉਹਦੇ ਵੀ ਕੋਈ ਚੰਗੇ ਨਹੀਂ ਹੈਗੇ, ਬਿਲਕੁਲ ਜਿੱਥੇ ਮਰਜ਼ੀ ਨਾਚ ਕਰਨ ਲੱਗ ਪੈਂਦੀ ਹੈ, ਜਿੱਥੇ ਮਰਜ਼ੀ ਗੋਦੀ 'ਚ ਬਹਿ ਕੇ ਉਹ ਆਸ਼ੀਰਵਾਦ ਦੇਣ ਲੱਗ ਜਾਂਦੀ ਹੈ, ਕੋਈ ਇਹ ਕੋਈ ਬਾਬਿਆਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹਨਾਂ 'ਚ, ਕਦੀ ਉਹ ਲਾਲ ਰੰਗ ਦੇ ਕੱਪੜੇ ਦਾ ਮਾਣ ਰੱਖਣ ਦੇ ਲਈ ਇਹੋ ਜਿਹੇ ਕੰਮ ਕਰਦੇ ਆ, ਜੀ ਵੀ ਕਿਤੇ ਸਾਡੀ ਬਰਾਦਰੀ ਬਦਨਾਮ ਨਾ ਹੋ ਜਾਵੇ ਵੀ ਸਾਰਿਆਂ ਨੇ ਇਹ ਕੰਮ ਕੀਤਾ ਤੂੰ ਨਹੀਂ ਕੀਤਾ, ਤੂੰ ਕਾਹਦਾ ਬਾਬਾ, ਬਿਲਕੁਲ ਇਹ ਚੁਣੌਤੀ ਕਬੂਲਦੇ ਆ ਜੀ, ਤੇ ਇਹ ਬੀਬੀ ਆ ਜਿਹੜੀ ਜਿਹਨੇ ਦੋਸ਼ ਲਾਏ ਆ ਉਹਦੇ ਦੋਸ਼ਾਂ ਤੋਂ ਬਾਅਦ ਪੁਲਿਸ ਦੇ ਵੱਲੋਂ 4 ਧਾਰਾਵਾਂ ਦੇ ਤਹਿਤ ਇਹ ਦਾਤੀ ਮਹਾਰਾਜ ਦੇ ਉੱਤੇ ਪਰਚਾ ਦਰਜ ਹੋਇਆ ਤੇ 2 ਧਾਰਾਵਾਂ ਗੈਰ ਜ਼ਮਾਨਤੀ ਆ ਤੇ ਜੇਕਰ ਦੋਸ਼ ਸਹੀ ਸਾਬਤ ਹੋ ਜਾਂਦੇ ਤਾਂ 20 ਵਰਿਆਂ ਦੀ ਸਜ਼ਾ ਇਹਨੂੰ ਵੀ ਹੋ ਜਾਣੀ ਆ। ਵਧੀਆ, ਸਾਰੇ ਐਂ ਫੜ ਫੜ ਕੇ ਅੰਦਰ ਦੇਈ ਚੱਲੋ, ਇਹਨਾਂ ਨੇ ਜੀਣਾ ਬਹੁਤ ਉਹ ਕੀਤਾ ਹੋਇਆ ਬੁਰਾ ਹਾਲ। ਪਰ ਨਾ ਮੈਂ ਇੱਕ ਗੱਲ ਇੱਥੇ ਹੋਰ ਕਹਿਣੀ ਚਾਹੁੰਦਾ, ਮਾਫ ਕਰਨਾ ਗੱਲ ਕੌੜੀ ਆ, ਜੇ ਸਾਡੀ ਧੀ ਭੈਣ ਕੁੜੀ ਚਿੜੀ ਅੱਧਾ ਘੰਟਾ 20 ਮਿੰਟ 25 ਮਿੰਟ ਸਕੂਲੋਂ ਕਾਲਜ ਚੋਂ ਲੇਟ ਆਵੇ, ਬਾਜ਼ਾਰ ਚੋਂ ਲੇਟ ਆਵੇ, ਉਹ ਕਿਸੇ ਵੀ ਕਾਰਨ ਉਹਦੀ ਬੱਸ ਪੈਂਚਰ ਹੋ ਜੇ, ਉਹਦੀ ਸਕੂਟਰੀ ਪੈਂਚਰ ਹੋ ਜੇ, ਉਹਨੂੰ ਸਹੇਲੀ ਮਿਲ ਜੇ, ਉਹ ਖਾਣ ਪੀਣ ਲੱਗ ਜੇ, ਕੋਈ ਵੀ ਕੰਮ ਕਰੇ, ਅਸੀਂ ਉਹਨੂੰ 3600 ਸਵਾਲ ਕਰਦੇ ਹਾਂ, ਬਿਲਕੁਲ ਠੀਕ, ਵੀ ਤੂੰ ਕਿੱਥੇ ਸੀ, ਬਿਲਕੁਲ, ਤੈਨੂੰ ਪਤਾ ਨਹੀਂ ਕਿੰਨੇ ਵਜੇ ਆਉਣਾ ਹੁੰਦਾ, ਤੇਰਾ ਬਾਪੂ ਝੜਕੀ ਜਾਂਦਾ, ਆਹ ਕਰਦਾ, ਪਰ ਇੱਥੇ ਜਵਾਨ ਧੀਆਂ ਨੂੰ ਮਾਪੇ ਆਪ ਆਸ਼ਰਮਾਂ ਦੇ ਵਿੱਚ ਛੱਡ ਕੇ ਆਉਂਦੇ ਆ ਵੀ ਕੋਈ ਗੱਲ ਨਹੀਂ ਬਾਬਾ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ, ਤੇ ਫਿਰ ਉਹ ਸੇਵਾ ਕਿਹੋ ਜਿਹੀ ਲੈਂਦੇ ਆ, ਉਹ ਦਾਤੀ ਮਹਾਰਾਜ, ਗੁਰਮੀਤ ਰਾਮ ਰਹੀਮ, ਆਸਾ ਰਾਮ, ਨਿਤਿਆਨੰਦ, ਚਿਨਮਿਆਨੰਦ, ਇਹਨਾਂ ਦੀਆਂ ਰਿਪੋਰਟਾਂ ਪੜ੍ਹ ਕੇ ਪਤਾ ਲੱਗਦਾ, ਬਿਲਕੁਲ ਠੀਕ। ਹੁਣ ਜਿਹੜੀ ਗੱਲ ਮੈਂ ਕਰਨੀ ਆ, ਅੱਛਾ, ਮੈਨੂੰ ਸਮਝ ਨਹੀਂ ਆਉਂਦਾ ਵੀ ਮੈਂ ਗੁੱਸਾ ਜ਼ਾਹਿਰ ਕਰਾਂ ਕਿ ਹਾਸਾ ਜ਼ਾਹਿਰ ਕਰਾਂ, ਗੁੱਸਾ ਹੀ ਕਰ ਲਓ, ਖੇਜ ਮੈਨੂੰ ਇੰਨੀ ਚੜੀ ਆ ਨਾ ਸੱਚੀ ਕਹਿ ਰਹੀ। ਲੋਕ ਕਹਿੰਦੇ ਹੁੰਦੇ ਵੀ ਹਰਮਨ ਜੀ ਹੱਸਦੇ ਬਹੁਤ ਆ, ਅੱਜ ਇਹ ਕਹਿਣ ਲੱਗ ਦਿਓ ਵੀ ਗੁੱਸਾ ਬਹੁਤ ਕਰਦੇ ਆ, ਮੈਨੂੰ ਬਹੁਤ ਖੇਜ ਚੜੀ ਸੱਚੀ, ਮੈਂ ਜਦੋਂ ਇੱਦਾਂ ਦੀਆਂ ਸੜੀਆਂ ਦੀਆਂ ਖਬਰਾਂ ਪੜ੍ਹਦੀ ਹਾਂ ਨਾ, ਮੇਰਾ ਦਿਲ ਕਰਦਾ ਹੁੰਦਾ ਵੀ ਮੈਂ ਆਪ ਜਾ ਕੇ ਸਵਾਲ ਕਰਾਂ ਇੱਦਾਂ ਦੇ ਲੋਕਾਂ ਨੂੰ ਜਿਹੜੇ ਇੱਦਾਂ ਦੇ ਬਿਆਨ ਦਿੰਦੇ ਨੇ ਪੁੱਠੇ ਸਿੱਧੇ। ਕਿਹੜੇ? ਹੁਣ ਇੱਕ ਹੋਰ ਭਾਈ ਸਾਹਿਬ ਨੇ, ਸੁਰਿੰਦਰ ਸਿੰਘ, ਅੱਛਾ, ਉਹਨਾਂ ਦਾ ਇੱਕ ਬਿਆਨ ਆਇਆ, ਹਾਂ, ਇਹ ਪਤਾ ਨਹੀਂ ਭਾਜਪਾ ਵਾਲਿਆਂ ਨੇ ਸੌ ਹੀ ਖਾਧੀ ਆ ਵੀ ਜਦ ਤੱਕ ਤਾਜ ਮਹਿਲ ਢਾਹ ਨਹੀਂ ਨਾ ਦਿੰਦੇ, ਗੱਲ ਕਰਤੀ ਨਾ ਫਿਰ ਤਾਂ ਹਾਸੀ ਲਾਓ, ਵੀ ਜਦ ਤੱਕ ਤਾਜ ਮਹਿਲ ਢਾਹ ਨਹੀਂ ਨਾ ਦਿੰਦੇ ਜਾਂ ਜਦ ਤੱਕ ਤਾਜ ਮਹਿਲ ਆਪ ਨਹੀਂ ਬੋਲਣ ਲੱਗ ਜਾਂਦਾ ਵੀ ਰੱਬ ਦਾ ਵਾਸਤਾ ਮੇਰਾ ਖਹਿੜਾ ਛੱਡ ਦਿਓ, ਤਦ ਤੱਕ ਇਹਨਾਂ ਨੇ ਨਹੀਂ ਹਟਣਾ। ਇੱਕ ਤਾਂ ਹੁੰਦਾ ਵੀ ਹੱਥ ਧੋ ਕੇ ਕਿਸੇ ਦੇ ਪਿੱਛੇ ਪੈ ਜਾਣਾ, ਇੱਕ ਹੁੰਦਾ ਨਹਾ ਧੋ ਕੇ ਕਿਸੇ ਦੇ ਪਿੱਛੇ ਪੈ ਜਾਣਾ, ਇਹ ਨਹਾ ਧੋ ਕੇ ਕੱਪੜੇ ਨਿਚੋੜ ਕੇ ਸਾਰਾ ਕੁਝ ਕਰਕੇ ਪਿੱਛੇ ਪੈ ਗਏ। ਬਿਲਕੁਲ, ਇਹ ਜਿਹੜਾ ਸੁਰਿੰਦਰ ਸਿੰਘ ਆ ਨਾ ਬਾਲੀਆ ਜ਼ਿਲ੍ਹੇ ਤੋਂ ਆ ਇਹ, ਤੇ ਪਤਾ ਲੱਗਾ ਵੀ ਇਹ ਵੀ ਤਾਜ ਮਹਿਲ ਦੇ ਪਿੱਛੇ ਨਹਾ ਧੋ ਕੇ ਪੈ ਗਿਆ। ਕਹਿੰਦਾ ਵੀ ਜੇਕਰ ਮੇਰਾ ਵਸ ਹੋਵੇ, ਮਹਾਰਾਜ ਦੀ ਕਿਰਪਾ ਇਹਦਾ ਵਸ ਹੈ ਨਹੀਂ, ਕਹਿੰਦਾ ਜੇ ਮੇਰਾ ਵਸ ਹੋਵੇ ਨਾ ਤੇ ਕਹਿੰਦਾ ਮੈਂ ਤਾਜ ਮਹਿਲ ਦਾ ਨਾਂ ਬਦਲ ਦਿਆਂ, ਉਹ ਤੁਸੀਂ ਦੱਸ ਦਿਓ ਵੀ ਕੀ ਰੱਖੇ ਨਾ। ਕਹਿੰਦਾ ਵੀ ਮੈਂ ਚਾਹੁੰਦਾ ਵੀ ਤਾਜ ਮਹਿਲ ਦਾ ਨਾਂ ਬਦਲ ਕੇ ਰਾਮ ਮਹਿਲ ਜਾਂ ਕ੍ਰਿਸ਼ਨ ਮਹਿਲ ਰੱਖ ਦਿੱਤਾ ਜਾਵੇ। ਵਾਹ, ਉਹ ਰੱਬ ਦੇ ਦਿਮਾਗ ਦੇ ਵਿੱਚੋਂ ਰਾਮ ਕ੍ਰਿਸ਼ਨ ਹੀ ਨਿਕਲਣਗੇ
ਤੁਹਾਡੇ ਮੂੰਹ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲਣਗੀਆਂ। ਤੁਹਾਡੇ ਮੂੰਹ ਦੇ ਵਿੱਚੋਂ ਸਾਰੇ ਧਰਮਾਂ ਦਾ ਸਤਿਕਾਰ ਨਹੀਂ ਕਦੇ ਨਿਕਲ ਸਕਦਾ, ਤੁਹਾਡੇ ਮੂੰਹ ਦੇ ਵਿੱਚੋਂ ਸਾਰੇ ਧਰਮਾਂ ਦੇ ਪ੍ਰਤੀ ਇੱਜ਼ਤ ਦੀ ਭਾਵਨਾ ਨਹੀਂ ਕਦੇ ਨਿਕਲ ਸਕਦੀ। ਰਾਮ 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 ਬਸ ਐਂ ਕਰੀ ਜਾਂਦੇ ਆ, ਸਾਨੂੰ ਰਾਮ ਜੀ ਦੇ ਉੱਤੇ ਕੋਈ ਇਤਰਾਜ਼ ਨਹੀਂ ਆ, ਤੁਹਾਡੀ ਸੋਚ ਦੇ ਉੱਤੇ ਆ ਵੀ ਤੁਹਾਨੂੰ ਵਾਹਿਗੁਰੂ ਅੱਲਾ ਰਾਮ ਸਾਰੇ ਇੱਕੋ ਵਰਗੇ ਹੋਣੇ ਚਾਹੀਦੇ। ਦੇਖੋ ਦੋ ਤਿੰਨ ਗੱਲਾਂ ਨੇ, ਰਾਮ ਤੇ ਕ੍ਰਿਸ਼ਨ ਇਹਨਾਂ ਨੇ ਕਦੇ ਨਹੀਂ ਸੀ ਕਿਹਾ ਵੀ ਤੁਸੀਂ ਧਰਮ ਦੇ ਉੱਤੇ ਰਾਜਨੀਤੀ ਕਰੋ, ਇਹ ਰੱਬ ਨੂੰ ਤਾਂ ਛੱਡ ਦਿਓ ਰਾਜਨੀਤੀ ਕਰਨ ਤੋਂ ਪਹਿਲਾਂ। ਉਸ ਤੋਂ ਇਲਾਵਾ ਜੇ ਇਹੀ ਗੱਲਾਂ ਭਾਜਪਾ ਨੇ ਬਾਰ ਬਾਰ ਕਰਨੀਆਂ ਹੁੰਦੀਆਂ ਨੇ ਤਾਂ ਮੋਦੀ ਹੋਰ ਹੀ ਆਪਣਾ ਸੰਘ ਪਾੜ ਪਾੜ ਕੇ ਬਾਰ ਬਾਰ ਇਹ ਕਹਿਣਾ ਬੰਦ ਕਰ ਦੇਣ ਕਿ ਭਾਰਤ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਸਭ ਧਰਮਾਂ ਦੇ ਲੋਕਾਂ ਨੂੰ ਇੱਕੋ ਜਿਹਾ ਟ੍ਰੀਟਮੈਂਟ ਮਿਲਦਾ, ਇੱਕੋ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਨੇ। ਤੁਸੀਂ ਲੋਕਾਂ ਨੂੰ ਇਕੱਠੇ ਰਹਿਣ ਨਹੀਂ ਦੇਣਾ ਚਾਹੁੰਦੇ, ਤੁਹਾਡੀਆਂ ਇਹ ਘਟੀਆ ਗੱਲਾਂ ਜਿਹੜੀਆਂ ਨੇ ਇਹਦੇ ਕਰਕੇ ਲੋਕ ਆਪਸ ਦੇ ਵਿੱਚ ਲੜਦੇ ਨੇ, ਲੋਕਾਂ ਦੇ ਵਿੱਚ ਵਿਤਕਰੇ ਪੈਦਾ ਹੁੰਦੇ ਨੇ, ਲੋਕਾਂ ਦੇ ਮਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਨੇ। ਜੇ ਮੋਢੀ ਹੀ ਇੱਦਾਂ ਦਾ ਹੋਏਗਾ ਤੇ ਮਗਰ ਪਰਜਾ ਵੀ ਉਵੇਂ ਦੀ ਬਣਦੀ ਜਾਏਗੀ। ਬਿਲਕੁਲ ਸਹੀ ਗੱਲ। ਇਸ ਵਕਤ ਲੋੜ ਇਸ ਗੱਲ ਦੀ ਆ ਕਿ ਕਿਸੇ ਧਰਮ ਵਿਸ਼ੇਸ਼ ਦੀ ਗੱਲ ਕਰਨ ਨਾਲੋਂ, ਕਿਸੇ ਧਰਮ ਵਿਸ਼ੇਸ਼ ਦੇ ਗੁਰੂ ਦੀ ਜਾਂ ਦੇਵੀ ਦੇਵਤੇ ਦੀ ਗੱਲ ਕਰਨ ਦੇ ਨਾਲੋਂ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ। ਤਾਜ ਮਹਿਲ ਕੋਈ ਮਸਲਾ ਨਹੀਂ ਆ, ਤਾਜ ਮਹਿਲ ਅਜੂਬਾ, ਪਰ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਤੁਸੀਂ ਅਜੂਬੇ ਵਰਗੇ ਆਪ ਲੱਗਦੇ। ਮੈਨੂੰ ਤਾਂ ਹੋਰ ਹੀ ਗੱਲਾਂ ਲੱਗਣ ਲੱਗ ਗਈਆਂ ਵੀ ਇਹਨਾਂ ਨੇ ਸ਼ਾਇਦ ਨਾ ਇਹ ਇਦਾਂ ਦੇ ਸੁਰਿੰਦਰ ਸਿੰਘ ਇਦਾਂ ਦੇ ਲੋਕਾਂ ਦੇ ਨਾਂ ਕੌਣ ਜਾਣਦਾ ਸੀ, ਕੋਈ ਵੀ ਨਹੀਂ। ਇਹਨਾਂ ਨੇ ਇੱਕ ਪਖੰਡੀ ਫੜ ਲਿਆ ਵੀ ਤਾਜ ਮਹਿਲ ਸੈਨਾ ਵਰਗੇ ਆ, ਇਹ ਨਾ ਕਰਨੀ ਸੈਨਾ ਵਰਗੇ ਆ, ਉਹਨਾਂ ਨੂੰ ਵੀ ਕੋਈ ਨਹੀਂ ਸੀ ਜਾਣਦਾ ਜੇ ਪਦਮਾਵਤ ਫਿਲਮ ਦਾ ਵਿਰੋਧ ਨਾ ਕਰਦੇ। ਬਿਲਕੁਲ ਠੀਕ ਹੈ। ਤੇ ਹੁਣ ਉਹਨੇ ਵੀ ਕਹਿਤਾ ਜੀ, ਕਹਿੰਦਾ ਵੀ ਦੇਖਿਓ ਅਸੀਂ ਬਹੁਤ ਕੁਝ ਇਹੋ ਜਿਹਾ ਕਰਕੇ ਦਿਖਾਵਾਂਗੇ ਜਿਹੜਾ ਕਦੇ ਸੋਚਿਆ ਨਹੀਂ ਹੋਣਾ। ਮੈਂ ਕਿਹਾ ਪਹਿਲਾਂ ਵੀ ਤਾਂ ਇਹੋ ਜਿਹਾ ਕੀਤਾ ਸੀ ਜਿਹੜਾ ਕਿਸੇ ਨੇ ਨਹੀਂ ਸੀ ਸੋਚਿਆ। ਸੋ ਇਹਨਾਂ ਨੇ ਵੀ ਤਾਜ ਮਹਿਲ ਇੱਕ ਇਹੋ ਜਿਹਾ ਮੁੱਦਾ ਲੱਭ ਲਿਆ ਵੀ ਚਲੋ ਅਖਬਾਰਾਂ 'ਚ ਨਾਂ ਤਾਂ ਆਊਗਾ, ਕਿਸੇ ਬਹਾਨੇ ਲੋਕਾਂ ਦੀ ਜ਼ੁਬਾਨ ਤੇ ਨਾਂ ਆਊਗਾ। ਜੇ ਸ਼ਾਹਜਹਾਂ ਹੁੰਦਾ ਨਾ ਘੜੀਸ ਘੜੀਸ ਕੇ ਕੁੱਟਦਾ ਇਹਨਾਂ ਨੂੰ, ਚੰਗਾ ਹੀ ਹੁੰਦਾ। ਮੈਨੂੰ ਗੱਲ ਚੇਤੇ ਆ ਗਈ, ਕਹਿੰਦੇ ਵੀ ਇੱਕ ਵਾਰੀ ਨਾ ਇੱਕ ਔਰਤ ਆਪਦੇ ਘਰ ਵਾਲੇ ਨੂੰ ਕਹੇ ਦੇਖੋ ਜੀ ਸ਼ਾਹਜਹਾਂ ਨੇ ਮੁਮਤਾਜ ਦੀ ਯਾਦ ਦੇ ਵਿੱਚ ਤਾਜ ਮਹਿਲ ਬਣਵਾਤਾ, ਬਿਲਕੁਲ ਤੁਸੀਂ ਵੀ ਕੁਛ ਬਣਵਾਓ। ਕਹਿੰਦੀ ਸਮਝਿਆ ਕਰ, ਹੱਥ ਟਾਈਟ ਆ, ਤੰਗੀ ਬਹੁਤ ਚੱਲਦੀ ਆ, ਆ ਰੋਟੀ ਟੁੱਕ ਮਸਾਂ ਪੂਰਾ ਆਉਂਦਾ, ਕਦੇ GST ਕਦੇ ਫਲਾਣੀ ਕਦੇ ਫਲਾਣੀ ਮਾਰ ਕੱਤਿਆ। ਕਹਿੰਦੀ ਫੇਰ ਵੀ ਕੁਛ ਤਾਂ ਬਣਵਾਓ, ਕੁਛ ਤਾਂ ਕਰੋ। ਉਹ ਚੀਜ਼ਾਂ ਮੰਗਦੀ ਬਹੁਤ ਸੀ, ਅੱਗੋਂ ਅੱਕ ਗਿਆ, ਕਹਿੰਦਾ ਚੜ੍ਹਾਈ ਕਰਨ ਵਾਲੀ ਬਣ, ਕੁਛ ਨਾ ਕੁਛ ਜ਼ਰੂਰ ਬਣਾਓ। ਸੋ ਚਲੋ ਇਹ ਤਾਂ ਜੀ ਇਹਨਾਂ ਦੇ ਵਾਕਈ ਜਿਹੜੇ ਦਿਮਾਗ ਨੇ ਉਹ ਫਿਰ ਚੁੱਕੇ ਨੇ। ਮੈਂ ਤਾਂ ਸਿੱਧੇ ਸਾਫ਼ ਸਪਸ਼ਟ ਲਫ਼ਜ਼ਾਂ ਬਿਲਕੁਲ ਸਹੀ ਫਿਰ ਹਿੱਲ ਚੁੱਕੇ ਨੇ ਪੂਰੀ ਤਰ੍ਹਾਂ ਦੇ ਨਾਲ, ਕਿਉਂਕਿ ਜਦੋਂ ਬੰਦੇ ਨੂੰ ਕਿਸੇ ਚੀਜ਼ ਦੀ ਆਸ ਨਹੀਂ ਹੁੰਦੀ ਤੇ ਉਹ ਚੀਜ਼ ਜਦੋਂ ਉਹਨੂੰ ਮਿਲ ਜਾਂਦੀ ਹੈ ਤੇ ਫਿਰ ਇਹ ਦਿਮਾਗ ਦਾ ਹਿੱਲਣਾ ਵਾਜਬ ਹੈ। ਬਿਲਕੁਲ। ਬਾਕੀ ਫਿਲਹਾਲ ਦੇ ਲਈ ਹੁਣ ਪ੍ਰੋਗਰਾਮ ਨੂੰ ਸਮੇਟਣਾ ਪਏਗਾ, ਸਾਡੇ ਜਾਣ ਦਾ ਵੇਲਾ ਹੋ ਗਿਆ। ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ। ਫਿਲਹਾਲ ਦੇ ਲਈ ਸਾਨੂੰ ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ TV ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।